ਲੈ ਵੀ ਸਰਪੰਚਾ ਕਰਮਜੀਤ ਹੋਣਾ ਨਾ ਠਾਣੇ ਵੀ ਜਾ ਕੇ ਆਉਣਾ, ਉਹਨਾਂ ਦਾ ਵੀ ਕੰਮ ਕਢਾ ਕੇ ਆਉਣਾ। ਉਦੋਂ ਪਹਿਲਾਂ ਪਰਾਂ ਕਾਲੇ ਵਾਲਾ ਕੰਮ ਕਰੀਏ। ਉਹਨੂੰ ਕਿੰਨਾ ਟਾਈਮ ਹੋਇਆ ਕਾਲੇ ਦੀ ਘਰ ਆਈ ਨੂੰ ਕਿਹਾ ਵੀ ਆ ਜਾ ਸੁਨੇਹਾ ਭੇਜਣ, ਨੂੰ ਆਈ ਨਹੀਂ। ਉਹ ਹੁੰਦੀ ਹੈ ਮੇਰੇ ਹਿਸਾਬ ਨਾਲ ਉਹੀ ਆ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਬਹਿ ਜਾ। ਹਾਂਜੀ ਸਰਪੰਚ ਸਾਹਿਬ, ਕਿਵੇਂ ਬੁਲਾਇਆ ਮੈਨੂੰ? ਉਹ ਬੁਲਾਇਆ ਭਾਈ ਤੈਨੂੰ, ਹੁਣ ਤੈਨੂੰ ਨਹੀਂ ਪਤਾ ਕਿਵੇਂ ਬੁਲਾਇਆ। ਹੁਣ ਸਾਰੇ ਪਿੰਡ ਚੋਂ ਲਾਂਬੇ ਆਈ ਜਾਂਦੇ ਨੇ, ਬੁਲਾਵਾਂ ਨਾ ਹੋਰ ਦੱਸ ਮੈਂ ਕੀ ਕਰਾਂ। ਲਾਂਬੇ ਸਰਪੰਚ ਸਾਹਿਬ, ਮੇਰੇ ਲਾਂਬੇ ਕੀ ਆਈ ਜਾਂਦੇ ਨੇ ਤੁਹਾਨੂੰ? ਲਾਂਬੇ ਭਾਈ ਇਹੀ ਨੇ, ਦੇਖ ਤੂੰ ਆਪਦਾ ਘਰ ਹਾਲ ਤਾਂ ਭੇਜਤਾ ਸਿੰਘਾਪੁਰ, ਹੈਂ? ਉਹ ਵਿਚਾਰਾ ਉੱਥੇ ਕਰਦਾ ਕਮਾਈ, ਹੈਂ? ਤੂੰ ਇੱਥੇ ਕਿਹੋ ਜਿਹੇ ਕੰਮ ਕਰਦੀਆਂ? ਨਾ ਸਰਪੰਚ ਸਾਹਿਬ, ਮੈਂ ਕੀ ਕੀਤਾ, ਮੈਂ ਕੀ ਗਲਤ ਕੰਮ ਕੀਤਾ ਇੱਧਰ? ਉਹ ਭਾਈ ਹੁਣ ਮੈਂ ਤੈਨੂੰ ਸਿੱਧੇ ਸ਼ਬਦਾਂ 'ਚ ਕਿਵੇਂ ਸਮਝਾਵਾਂ ਵੀ ਕੀ ਗਲਤ ਕੰਮ ਕੀਤਾ? ਸਾਰੇ ਪਿੰਡ 'ਚ ਤਾਂ ਗੱਲਾਂ ਉੱਡੀਆਂ ਪਈਆਂ, ਹੈਂ, ਬਈ ਭਾਈ ਤੂੰ ਗਲਤ ਕੰਮ ਕਰਦੀਆਂ, ਹੈਂ? ਲੋਕਾਂ ਨਾਲ ਜਾਨੀਆਂ, ਪਤਾ ਨਹੀਂ ਕਿੱਥੇ ਕਿੱਥੇ ਖੇ ਖਾ ਕੇ ਆਉਣੀਆਂ ਗੀ। ਸੋਨੂੰ ਕੌਣ ਕਹਿੰਦਾ ਜੀ ਇਹ ਸਾਰਾ ਕੁਛ ਵੀ ਮੈਂ ਗਲਤ ਹਾਂ? ਤੂੰ ਐਂ ਪੁੱਛ ਵੀ ਮੈਨੂੰ ਕਹਿੰਦਾ ਕੌਣ ਨਹੀਂ? ਮੈਂ ਤਾਂ ਭਾਈ ਤੈਨੂੰ ਇਹੀ ਕਹਿਣਾ, ਇਹ ਮਾੜੇ ਕੰਮਾਂ ਤੋਂ ਹਟ ਜਾ, ਇਹਨਾਂ 'ਚ ਕੁਛ ਨਹੀਂ ਰੱਖਿਆ, ਹੈਂ? ਨਾਲੇ ਤਾਂ ਆਪਦੀ ਬਦਨਾਮੀ ਕਰਾਉਣੀ ਆ, ਕੱਲ ਨੂੰ ਕੋਈ ਆਪਦੀ ਦੇਹ ਨੂੰ ਰੋਗ ਲਾ ਲੇਂਗੀ, ਹੈਂ? ਹੁਣ ਸੋਨੂੰ ਕਿਹਨੇ ਕੁਛ ਕਿਹਾ ਜੀ ਜਿਹੜਾ ਤੁਸੀਂ ਮੈਨੂੰ ਬੁਲਾਇਆ? ਬਸ ਭਾਈ ਕਿਸੇ ਨੇ ਮਰਜ਼ੀ ਕਿਹਾ ਹੋਵੇ। ਤੂੰ ਦੱਸ ਬਈ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ? ਹੁਣ ਤੂੰ ਕਿਸੇ ਨੇ ਕਿਹਨੇ ਬੁਲਾਇਆ? ਮੈਂ ਤਾਂ ਤੈਨੂੰ ਐਂ ਕਿਹਾ ਬਈ ਭਾਈ ਮਾੜੇ ਕੰਮਾਂ ਤੋਂ ਹਟ ਜਾ, ਇਹਦਾ ਕੋਈ ਫਾਇਦਾ ਨਹੀਂ ਹੈਗਾ, ਨਾਲ ਤਾਂ ਤੇਰੀ ਬਦਨਾਮੀ ਹੁੰਦੀ ਆ, ਨਾਲੇ ਸਾਰੇ ਪਿੰਡ ਦੀ ਬਦਨਾਮੀ ਹੁੰਦੀ ਆ, ਨਾ ਲੋਕ ਲਾਂਭਾ ਦਿੰਦੇ ਨੇ ਬਈ ਭਾਈ ਸਾਡੇ ਜਵਾਕ ਖਰਾਬ ਕਰੀ ਜਾਂਦੀਆਂ। ਤੂੰ ਬਈ ਛੋਟੇ ਛੋਟੇ ਜਵਾਕਾਂ ਨੂੰ ਵੀ ਪਤਾ ਹੈਗਾ ਕੱਲ ਨੂੰ ਉਹ ਖਰਾਬ ਹੋਣਗੇ ਇਹ ਚੀਜ਼ਾਂ ਦਾ, ਭਾਈ ਕੋਈ ਫਾਇਦਾ ਨਹੀਂ ਹੈਗਾ। ਤੇਰੇ ਮੂਹਰੇ ਹੱਥ ਬੰਨਦਾ ਮੈਂ, ਨਹੀਂ ਭਾਈ ਹੁਣ ਤੈਨੂੰ ਮੈਂ ਬਸ ਪਿਆਰ ਨਾਲ ਸਮਝਾਉਣਾ ਵੀ ਸਮਝ ਆ, ਨਹੀਂ ਮੈਨੂੰ ਭਾਈ ਸਖਤੀ ਵਰਤਣੀ ਪਊ, ਹੋਰ ਕੀ ਆ। ਸਰਪੰਚ ਸਾਹਿਬ, ਮੇਰੀ ਜ਼ਿੰਦਗੀ ਹੈ, ਮੈਂ ਜਿਵੇਂ ਮਰਜ਼ੀ ਜੀਵਾਂ, ਪਰ ਜੋ ਤੁਸੀਂ ਸੋਚਦੇ ਹੋ ਨਾ ਉਹੋ ਜਿਹਾ ਕੁਛ ਨਹੀਂ ਹੈਗਾ। ਚੱਲ ਭਾਈ ਠੀਕ ਆ, ਮੇਰਾ ਪਿਆਰ ਨਾਲ ਸਮਝਾਉਣ ਦਾ ਫਰਜ਼ ਸੀ, ਹੁਣ ਜਾ ਭਾਈ ਤੂੰ ਆਪਦਾ ਕੰਮ ਕਾਰ ਕਰ ਲਾ। ਮੈਂ ਤਾਂ ਤੈਨੂੰ ਕਿਹਾ ਸੀ ਵੀ ਤੂੰ ਹਟ ਜਾ ਇਹ ਕੰਮਾਂ ਤੋਂ, ਬਾਕੀ ਕੋਈ ਨਾ ਤੂੰ ਮੰਨਦੀ ਨਹੀਂ ਨਾ ਹੁਣ ਵੀ ਮੈਂ ਇਹ ਕੰਮ ਕਰਦੀ ਹਾਂ, ਤੈਨੂੰ ਮੈਂ ਰੰਗੇ ਹੱਥੀਂ ਆਪੇ ਫੜੂੰਗਾ। ਕੋਈ ਨਾ ਸਰਪੰਚ ਸਾਹਿਬ, ਜਿੱਥੇ ਮਰਜ਼ੀ ਫੜ ਲੈ, ਜਿੱਦੇ ਮੈਂ ਗਲਤ ਹੋਈ। ਹਾਂ ਹੁਣ ਮੈਂ ਤੇਰੇ 'ਤੇ ਨਿਗਰਾਨੀ ਰੱਖਦਾ। ਬੜੀ ਕੱਬੀ ਜਨਾਨੀ ਆ, ਹੁਣ ਮੰਨਦੀ ਵੀ ਨਹੀਂ, ਮੰਦਾ ਕਰੇ ਤਾਂ ਕੀ ਕਰੇ। ਉੱਧਰ ਪਿੰਡ ਵਾਲੇ ਵੀ ਛੇਤੀ ਫੜ ਇਹਨੂੰ, ਸਮਝਾ ਐਂ ਕਰ ਐਂ ਕਰ, ਹੁਣ ਇਕੱਲਾ ਬੰਦਾ ਮੈਂ ਕੀ ਕਰਾਂ ਕੀ ਨਹੀਂ ਕਰਾਂ, ਇਹਨੂੰ ਕਹਿਣਾ ਤਾਂ ਵੀ ਮਾੜਾ, ਨਹੀਂ ਕਹਿਣਾ ਤਾਂ ਵੀ ਮਾੜਾ। ਚੱਲ ਯਾਰ ਦੂਜਾ ਕੰਮ ਕਰ, ਮਨਜੀਤ ਨਾਲ ਜਾ ਕੇ ਆਈ ਥਾਣੇ ਵਾਲਾ, ਉਹ ਨਿਬੇੜੀਏ ਇਹਨਾਂ ਦਾ ਮਸਲਾ, ਫਿਰ ਦੇਖਦੇ ਹਾਂ, ਇਹਦੀ ਬਿਲਕੁਲ ਪੂਰੀ ਰੱਖ ਦਾਂਗਾ। ਕਈ ਬੰਦਿਆਂ ਨੂੰ ਪਿੰਡ 'ਚ ਕਹਿਣਾ ਪਊ, ਜਦੋਂ ਵੀ ਇਹੋ ਜਿਹਾ ਕੰਮ ਇਹਨੇ ਕੀਤਾ ਨਾਲ ਦੀ ਨਾਲ ਫੋਨ ਮਾਰਿਓ, ਫਿਰ ਰੰਗੀ ਹੱਥੇ ਫੜਾਂਗੇ, ਫਿਰ ਮੰਨੂਗੀ। ਤੂੰ ਤਾਂ ਹਿਸਾਬ 'ਚ ਆਉਣ ਵਾਲੀ ਹੈ ਨਹੀਂ, ਤਾਂ ਕਰਮਜੀਤ ਨੂੰ ਕਰਦਾ ਫੋਨ, ਹੋਰ ਉਹਦੇ ਨਾਲ ਜਾ ਕੇ ਆਈਏ। ਆਹ ਕਿਹਦਾ ਫੋਨ ਆ ਗਿਆ? ਭੀਮੇ ਦਾ ਫੋਨ, ਇਹ ਕੀ ਕਹਿੰਦਾ ਹੋਇਆ? ਹਾਂ ਭੀਮੇ, ਅੱਛਾ ਪੱਕੀ ਗੱਲ ਆ, ਉਹ ਗੱਲ ਕੱਚੀ ਨਾ ਨਿਕਲ ਜੇ ਕਿਤੇ, ਮੈਨੂੰ ਬੇਸ਼ਰਮੀ ਦਵਾ ਦੇ। ਚੱਲ ਕੋਈ ਨਾ, ਮੈਂ ਹੁਣੀ ਜਾਂਦਾ ਗਾ, ਅੱਜ ਫੜਦਾ ਉਹਨੂੰ ਰੰਗੇ ਹੱਥਾਂ। ਬਸ ਬਸ ਮੈਂ ਕਿੱਕ ਮਾਰਦਾ, ਤੂੰ ਫਿਕਰ ਨਾ ਕਰ, ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਦੱਸਿਆ ਇੰਨੇ ਬਹੁਤ ਆ। ਠੀਕ ਆ, ਲੈ ਅੱਜ ਫੜਾਂ ਰੰਗੇ ਹੱਥ, ਮੰਨਦੀ ਸੀ ਨਾ, ਹੁਣ ਨਾਲੇ ਚਾਰ ਗਿੱਚੀ 'ਚ ਮਾਰੂ, ਨਾਲੇ ਪੁੱਛੂਗਾ ਵੀ ਆਹ ਕੀ ਆ। ਹੁਣ ਤਾਂ ਨਾ ਸਰਪੰਚ ਨੂੰ ਵੀ ਸ਼ੱਕ ਹੋ ਗਿਆ ਮੇਰੇ 'ਤੇ, ਅਤੇ ਮੈਨੂੰ ਉਹਨੇ ਘਰੇ ਬੁਲਾਇਆ ਸੀ। ਅੱਛਾ, ਤਾਂ ਹੀ ਕਹਿਣੀ ਹੁਣ ਬਹੁਤ ਟਾਈਮ ਹੋ ਗਿਆ ਮੈਨੂੰ ਆਈ ਨੂੰ, ਅਤੇ ਤੁਸੀਂ ਮੈਨੂੰ ਨਾ ਛੱਡ ਆਓ,
ਕਿਤੇ ਹੋਰ ਨਾ ਪੰਗਾ ਖੜਾ ਹੋ ਜੇ। ਕੋਈ ਨਾ ਬਕ ਜੀ, ਦੋ ਪਿਆਰ ਦੀ ਗੱਲਾਂ ਦਾ ਕਰ ਲਾ। ਆਈ ਨੂੰ ਕਿੰਨਾ ਕੁ ਟਾਈਮ ਹੋਇਆ ਤੈਨੂੰ ਨਾਲੇ? ਕਿੰਨਾ ਤਾਂ ਟਾਈਮ ਹੋ ਗਿਆ, ਮੈਂ ਡਰਦੀ ਆ ਜੇ ਸਰਪੰਚ ਨੂੰ ਪਤਾ ਲੱਗ ਗਿਆ ਨਾ ਹੋਰ ਹੀ ਪੰਗਾ ਪੈ ਜਾਊਗਾ। ਉਹ ਕਾਹਨੂੰ ਪਤਾ ਲੱਗਦਾ? ਉਹੀ ਨਾ ਕਿਤੇ CID ਛੱਡਤੀ ਹੋਵੇ। ਉਹ ਕਾਹਨੂੰ ਛੱਡਦੇ ਸੀ ਜਿਹੜੀ? ਐਡਾ ਨਹੀਂ ਹੈਗਾ, ਤੂੰ ਤੈਨੂੰ ਹੀ ਸ਼ੱਕ ਸੁਦਾ ਤੇ ਬੁਲਾਇਆ। ਐਡਾ ਨਹੀਂ ਹੈਗਾ, ਬੜਾ ਨਹੀਂ ਹੈਗਾ ਸਰਪੰਚ ਆਪਣਾ। ਨਹੀਂ, ਉਹਦੀਆਂ ਗੱਲਾਂ ਤੋਂ ਤਾਂ ਮੈਨੂੰ ਲੱਗਦਾ ਸੀ ਹੈ ਕਿਉਂ ਨਹੀਂ। ਉਹ ਤਾਂ ਪਤਾ ਮੈਨੂੰ ਕਿਵੇਂ ਭੱਜ ਭੱਜ ਕੇ ਪੈਂਦਾ ਸੀ, ਕਹਿੰਦਾ ਤੈਨੂੰ ਰੰਗੇ ਹੱਥੀ ਫੜੂੰਗਾ, ਤਾਂ ਹੀ ਕਹਿੰਦੀ ਹੁਣ ਤੁਸੀਂ ਮੈਨੂੰ ਛੱਡ ਆਓ। ਚੱਲ ਐਂ ਕਰਦੇ ਹਾਂ ਫਿਰ, ਉਹ ਮੋਟੂ ਆਉਂਦਾ ਆਪਣਾ ਗੱਡੀ ਲੈ ਕੇ, ਉਹ ਆਉਂਦਾ ਵਾ ਗਿਆ। ਠੀਕ ਆ, ਗੱਡੀ ਆ ਗਈ। ਜੇ ਤਾਂ ਆਪਾਂ ਮੋਟਰਸਾਈਕਲ ਤੇ ਗਏ ਫਿਰ ਤਾਂ ਮਨ ਕਰੇ ਕਈ ਵਾਰੀ ਝਾਣ ਚੱਕ ਕੇ ਮਨ ਕਰੇ ਸਰਪੰਚ ਮਿਲ ਜੇ ਆਪਾਂ ਨੂੰ। ਸਹੀ ਗੱਲ ਆ, ਫਿਰ ਤਾਂ ਫੜੇ ਫੜਾਈਆਂ ਹਨਾ। ਫਿਰ ਤਾਂ ਫੜੇ ਫੜਾਈਆਂ। ਤੂੰ ਐਂ ਕਰ, ਉਹਨੂੰ ਆਪਾਂ ਗੱਡੀ 'ਚ ਲੈ ਵਗ ਜੀ ਹੁਣ। ਠੀਕ ਹੈ, ਉਹਨੂੰ ਤਾਂ ਤਾਰ ਦੂਗਾ। ਚੱਲ ਆ ਗਈ ਗੱਡੀ, ਖੜੇ ਹੋ ਜਾਓ ਫਿਰ। ਹਾਂ ਚੱਲ ਆ ਜਾ। ਚਲੋ ਆ ਜਾ। ਉਹ ਕਾਹਨੂੰ ਲੰਘਦਾ ਹੈ? ਕਾਲੇ ਰੋਕੀ ਬਾਈ? ਹਾਂ ਬਾਈ, ਕੀ ਗੱਲ ਹੋ ਗਈ? ਉਹ ਕੁਛ ਨਹੀਂ, ਬਸ ਇਹਨੂੰ ਲੈ ਕੇ ਜਾ ਤੂੰ, ਪਹਿਲਾਂ ਮੋਟਰਸਾਈਕਲ ਤੇ ਲੈ ਕੇ ਆਇਆ ਜੀ ਮੈਂ ਤਾਂ। ਖੈਰ ਵੀ ਹੈ, ਉਹ ਖੈਰ ਹੈ, ਖੈਰੇ ਖੈਰ ਹੈ, ਕੋਈ ਨਾ ਕੋਈ ਨਾ ਬਿਠਾ ਦੇ। ਹਾਂ ਧਿਆਨ ਨਾਲ ਛੱਡ ਦੀਆਂ ਘਰੇ, ਕੋਈ ਨਾ ਕੋਈ ਨਾ ਛੱਡ ਆਊਂਗਾ। ਲੈ ਸਰਪੰਚ, ਅੱਜ ਰੰਗੇ ਹੱਥੀਂ ਫੜ ਲਾ, ਬਹੁਤ ਪਾਏ ਨੇ, ਐ ਨਹੀਂ ਪਤਾ ਮੰਨੇ ਨਾ। ਉਹ ਗੱਗੇ, ਉਹ ਸਰਪੰਚਾ ਕਿੱਥੇ ਲੁਕੋਈ ਬੈਠਾ ਉਹਨੂੰ? ਕਿਹਨੂੰ? ਤੈਨੂੰ ਪਤਾ ਨਹੀਂ ਯਾਰ, ਕਿਹਨੂੰ? ਅੰਦਰ ਤਾਂ ਨਹੀਂ ਬੈਠੀ ਤੈਨੂੰ? ਇਹ ਵੀ ਜਿੰਦਾ ਲਾਈ ਫਿਰਦਾ। ਉਹ ਕਾਲੇ ਦੀ ਘਰ ਤੂੰ ਲੈ ਕੇ ਆਇਆ ਸੀ ਨਾ? ਉਹ ਕਾਹਨੂੰ ਲੈ ਕੇ ਉਰੇ, ਕਦੋਂ ਆਈ ਆ ਉਰੇ? ਤੈਨੂੰ ਕਿਹਨੇ ਦੱਸਤਾ? ਝੂਠ ਨਾ ਬੋਲ, ਮੈਨੂੰ ਪੱਕੇ ਬੰਦੇ ਨੇ ਖ਼ਬਰ ਦਿੱਤੀ ਆ। ਉਹ ਕਿਸੇ ਨੇ ਉਈ ਚੋਕ ਲਾ ਤੀ, ਮੈਂ ਕਾਹਨੂੰ ਲੈ ਕੇ ਆਇਆ? ਮੈਂ ਤਾਂ ਆਪਦਾ ਮੋਟਰ ਚਲਾ ਰੱਖੀ ਇੱਥੇ, ਕਣਕ ਰਮਾਉਣ ਲੱਗ ਰਿਹਾ। ਫਿਰ ਯਾਰ ਬੰਦਾ ਉਹ ਵੀ ਨਹੀਂ ਝੂਠ ਬੋਲ ਸਕਦਾ, ਦੱਸ ਕਿੱਥੇ ਲੁਕੋਈ ਆ? ਉਹ ਸਰਪੰਚ ਆ, ਉਹ ਸੱਚੀ ਸੱਚੀ ਦੱਸ ਦੇ, ਮੈਂ ਤੇਰਾ ਨਾਂ ਨਹੀਂ ਧਰਦਾ। ਸਰਪੰਚ, ਜੇ ਤੈਨੂੰ ਜ਼ਿਆਦਾ ਸ਼ੱਕ ਹੈ, ਤੂੰ ਫਰੋਲ ਲੈ ਕੋਠੇ, ਫਰੋਲ ਲੈ ਇੱਧਰ ਫਰੋਲ ਲੈ, ਐਂ ਕਿਹੜਾ ਕੋਈ ਉਹ ਸਿੰਖਾਂ ਵਾਲੀ ਡੱਬੀ ਜੇਬ 'ਚ ਪਾ ਲੂੰ, ਆ ਜਨਾਨੀ ਹੈ। ਚੱਲ ਕੋਈ ਨਾ, ਕਿਤੇ ਨਾ ਕਿਤੇ ਲੰਘਾਤੀ ਹੋਊਗੀ ਤੂੰ। ਉਹ ਕਾਹਨੂੰ ਲੰਘਾਈ ਗਿਆ? ਮੈਂ ਲੈ ਕੇ ਨਹੀਂ ਆਇਆ, ਕਿਉਂ ਲੈ ਕੇ ਆਊਂਗਾ ਮੈਂ ਯਾਰ? ਮੈਂ ਤਾਂ ਮੋਟਰ ਚਲਾ ਰੱਖੀ ਹੈ। ਬਸ ਉਹਨੂੰ ਇਹ ਦੱਸਤਾ ਪਿੰਡ 'ਚ ਤੁਸੀਂ ਕੀਤਾ ਪਿਆ ਬਦਨਾਮ, ਨਾਲੇ ਉਹਨੇ ਉਹਨੂੰ ਵੀ ਮੈਂ ਸਮਝਾਈ, ਤੈਨੂੰ ਵੀ ਸਮਝਾ, ਤਾਂ ਇਹ ਕੰਮ ਛੱਡ ਦਿਓ, ਕੋਈ ਫਾਇਦਾ ਨਹੀਂ। ਉਹੀ ਸਰਪੰਚ, ਚੱਲ ਕੋਈ ਨਾ, ਉਸਨੂੰ ਰੰਗੇ ਹੱਥੀ ਫੜਿਆ ਨਾ, ਫਿਰ ਸਖ਼ਤ ਕਾਰਵਾਈ ਕਰਾਵਾਂਗੇ। ਚੱਲ ਕੋਈ ਨਾ, ਦੇਖ ਲਈ। ਬਸ ਪਿਆਰ ਨਾਲ ਸਮਝਾਉਣਾ ਯਾਰ, ਤੂੰ ਵੀ ਪਿੰਡ ਦਾ ਬੰਦਾ, ਕਿਉਂ ਪਿੰਡ 'ਚ ਗੰਦ ਪਾਉਣਾ ਯਾਰ ਫਾਇਦਾ? ਉਹ ਕਾਹਨੂੰ ਪਾਉਂਦੇ ਆ ਯਾਰ ਸਰਪੰਚ? ਚੱਲ ਕੋਈ ਨਾ, ਅੱਜ ਤਾਂ ਮੇਰੇ ਹੱਥੋਂ ਬਚ ਗਏ, ਅੱਗੇ ਨਹੀਂ ਬਚਦੇ। ਮੇਰੀ ਗੱਲ ਧਿਆਨ 'ਚ ਕਰ ਲਈ ਇਹ। ਜਤਿੰਦਰ ਸਰਪੰਚ ਨੂੰ ਕਿਹਨੇ ਚੋਕ ਲਾਈ, ਕਿਹਨੇ ਨਾ ਦੁੱਧ ਦਾ ਜਦੋਂ ਤੂੰ ਬਾਗੀ ਦੀ ਨਾਮ ਨਾ ਮੰਗ ਲਓ, ਸਰਪੰਚ ਆ ਗਿਆ ਜੀ। ਅੱਛਾ, ਫਿਰ ਉਹਦਾ ਵਧੀਆ ਰਹਿ, ਤੇ ਨਾ ਮੋਟੂ ਨਾਲ ਤੋਰਤਾ ਮੈਂ, ਨਹੀਂ ਮੌਕੇ 'ਤੇ ਫਸ ਜਾਂਦੇ, ਤੇਰੀ ਬਦਨਾਮੀ ਹੋ ਜਾਂਦੀ, ਨਾਲੇ ਮੇਰੀ ਹੁੰਦੀ ਬਦਨਾਮੀ। ਹਾਏ ਸ਼ੁਕਰ ਹੈ, ਜੇ ਮੌਕੇ 'ਤੇ ਆ ਜਾਂਦਾ ਹੋਰ ਹੀ ਪੰਗਾ ਪੈ ਜਾਂਦਾ। ਹੋਰ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਸੀ, ਬੱਚਤ ਰਹਿ ਗਈ ਅਜੇ, ਮੋਟਰਸਾਈਕਲ 'ਤੇ ਵੀ ਆਪਾਂ ਫਸ ਜਾਂਦੇ। ਸਹੀ ਗੱਲ ਆ, ਤੁਸੀਂ ਗੱਡੀ 'ਚ ਬਿਠਾ ਤਾ, ਨਾ ਹੀ ਕਿਸੇ ਨੂੰ ਪਤਾ ਲੱਗਿਆ। ਓਏ ਅੱਜ ਤਾਂ ਨਹੀਂ ਦੇਖਿਆ ਤੈਨੂੰ ਕਿਸੇ ਨੇ? ਨਹੀਂ ਨਹੀਂ, ਅੱਜ ਕਿਸੇ ਨੂੰ ਨਹੀਂ ਦੇਖਿਆ, ਮੈਂ ਤਾਂ ਬਹੁਤ ਮੌਕਾ ਬਚਾ ਕੇ ਆਉਣੀ ਹੁੰਦੀ ਹਾਂ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੀ। ਹੋਰ ਮੇਰਾ ਤਾਂ ਜੀ ਨਹੀਂ ਲੱਗਦਾ ਹੈਗਾ ਜਦੋਂ ਮਿਲਦੀ ਨਹੀਂ ਹੈਗੀ ਤੂੰ। ਮੇਰਾ ਕਿਹੜਾ ਜੀ ਲੱਗਦਾ? ਸਰਪੰਚ ਦਾ ਡਰ ਬਹੁਤ ਰਹਿੰਦਾ ਵੀ ਕਿਤੇ ਉੱਪਰ ਹੀ ਨਾ ਜਾਏ। ਕੁਛ ਨਹੀਂ ਕਹਿੰਦਾ ਸਰਪੰਚ ਤੈਨੂੰ,
ਪਰ ਆਪਣਾ ਤੂੰ ਕਹਿੰਦਾ ਸਰਦਾ ਵੀ ਤਾਂ ਨਹੀਂ ਹੈ ਹੈ ਨਹੀਂ ਫਿਰ ਹਾਂ ਉਹ ਤਾਂ ਠੀਕ ਹੈ ਨਹੀਂ ਤੂੰ ਪੈਸੇ ਟਕੇ ਦੀ ਸੋਚ ਨਾ ਕਰਿਆ ਕਰ ਵਾਧੂ ਰੱਖੂ ਪੈਸੇ ਤੈਨੂੰ ਆਏ ਤਾਂ ਮੈਨੂੰ ਯਕੀਨ ਹੈ ਪੈਸੇ ਦੀ ਮੈਨੂੰ ਕੋਈ ਕਮੀ ਨਹੀਂ ਰਹਿਣੀ ਸੂਟ ਸੱਟ ਲੈ ਆਇਆ ਕਰ ਕੋਈ ਵਾਹ ਵਾਹ ਅੱਜ ਫਸੀ ਨਾ ਰੰਗੇ ਹੱਥੀ ਜਾਣ ਦੇ ਹੁਣ ਭਾਜ ਦੀਆਂ ਕੋਈ ਨਾ ਭਾਜ ਕੇ ਕਿੱਧਰ ਜਾਏਗੀ ਤੇਰੇ ਮਗਰ ਹੀ ਆਉਣਾ ਹਾਂ ਤੂੰ ਓਏ ਤੂੰ ਕਹਿੰਦਾ ਹੀ ਮੈਂ ਤਾਂ ਇਹ ਬੰਦਾ ਹੀ ਨਹੀਂ ਹੈਗਾ ਫੜ ਲੈ ਨਾ ਅੱਜ ਰੰਗੇ ਹੱਥੀ ਸਾਰੀ ਤੁਹਾਡੀ ਵੀਡੀਓ ਬਣਾਈ ਆ ਮੈਂ ਮੋਬਾਈਲ 'ਚ ਤੂੰ ਇੱਧਰ ਕਿੱਧਰ ਫਿਰਦਾ ਹੈ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਤੁਹਾਡੀ ਸੀ ਆਈ ਡੀ 'ਤੇ ਫਿਰਦਾ ਨਾ ਕੀ ਗੰਦ ਪਾਇਆ ਤੁਸੀਂ ਪਿੰਡ 'ਚ ਹੈ ਨਾਲ ਮੈਂ ਤੈਨੂੰ ਕਿੰਨੀ ਵਾਰੀ ਸਮਝਾਤਾ ਕਦੇ ਤੇਰੇ ਕੋਲ ਆਉਂਦੀ ਹੈ ਕਦੇ ਕਿਸੇ ਨਾਲ ਖੇ ਖਾਂਦੀ ਹੈ ਕਦੇ ਕਿਸੇ ਨਾਲ ਤੈਨੂੰ ਐਂ ਵੀ ਤੇਰੇ ਇਕੱਲੇ ਕੋਲ ਆਉਂਦੀ ਆ ਕੋਈ ਨਾ ਭੱਜ ਲੈ ਸਾਨੂੰ ਪੰਚਾਇਤ ਇਕੱਠੀ ਕਰਕੇ ਕਰਦਾ ਬਦਨਾਮ ਪਿੰਡ 'ਚ ਗੰਦ ਪਾਇਆ ਇਹਨਾਂ ਨੇ ਕਿਤੇ ਸਰਪੰਚ ਨਾ ਪੰਚਾਇਤ ਲੈ ਕੇ ਨਾ ਜੇ ਮੇਰੀ ਤਾਂ ਪਿੰਡ 'ਚ ਬੇਇੱਜ਼ਤੀ ਹੋ ਜੂਗੀ ਬਥੇਰਾ ਬੱਚਤ ਨਾ ਜਾਂਦੀ ਸੀ ਵੀ ਕਿਤੇ ਪਤਾ ਨਾ ਲੱਗੇ ਕਹਿੰਦੇ ਹੁੰਦੇ ਆ ਨਾ ਇੱਕ ਦਿਨ ਤਾਂ ਗੱਲ ਪਤਾ ਲੱਗ ਹੀ ਜਾਂਦੀ ਆ ਸ਼ੁਕਰ ਆ ਜੇ ਆਵੇ ਨਾ ਤਾਂ ਕਿਤੇ ਹੋਰ ਨਾ ਕਿਤੇ ਪੰਗਾ ਪੈ ਜੇ ਮੇਰੀ ਜਾਨ ਨੂੰ ਸਰਪੰਚ ਸਾਹਿਬ ਚਲ ਸ਼ੁਕਰ ਆ ਇਕੱਲੀ ਆਏ ਨੇ ਕਿਉਂ ਆ ਗਈ ਖੇ ਖਾ ਕੇ ਕੀ ਨਿਕਲਿਆ ਤੈਨੂੰ ਖੇ ਖਾ ਕੇ ਕਦੇ ਕਿਸੇ ਨਾਲ ਖੇ ਖਾਂਦੇ ਕਦੇ ਕਿਸੇ ਨਾਲ ਕਦੇ ਗੱਗੇ ਨਾ ਕਦੇ ਬੂਟੇ ਨਾ ਕਦੇ ਮੇਵੇ ਨਾ ਕੀ ਨਿਕਲਦਾ ਨਿਕਲਿਆ ਕਦੇ ਕੁਛ ਆਪਦੀ ਦੇਹ ਨੂੰ ਰੋਗ ਲਾਏਗੀ ਮੇਰਾ ਤਾਂ ਜੀ ਕਰਦਾ ਸੀ ਸਾਰੇ ਪਿੰਡ ਦੀ ਪੰਚਾਇਤ ਇਕੱਠੀ ਕਰਕੇ ਬੁੜੀਆਂ ਬੰਦੇ ਕਰਕੇ ਨਾ ਜੁੱਤੀਆਂ ਲਾ ਕੇ ਤੈਨੂੰ ਪਿੰਡ 'ਚੋਂ ਬਾਹਰੇ ਕੱਢੀਏ ਪਰ ਫਿਰ ਵੀ ਮੈਂ ਸੋਚ ਗਿਆ ਵੀ ਕਾਲਾ ਚਲ ਆਪਣਾ ਲਿਹਾਜੀ ਸੀ ਆਪਣਾ ਯਾਰ ਬੇਲੀ ਸੀ ਵਿੱਚ ਬਹਿੰਦਾ ਸੀ ਵੀ ਉਹ ਵਿਦੇਸ਼ਾਂ 'ਚ ਫਿਰਦਾ ਅਗਲਾ ਕੱਲ੍ਹ ਨੂੰ ਆ ਕੇ ਕਹੂਗਾ ਵੀ ਮੇਰੇ ਘਰ ਜਾਣਾ ਤੁਸੀਂ ਆਹ ਕੁਛ ਕੀਤਾ ਹੈ ਮੈਂ ਫਿਰ ਵੀ ਸੋਚ ਲਿਆ ਵੀ ਚੱਲ ਗੱਲ ਨੂੰ ਇੱਥੇ ਦੱਬ ਦਿੰਦੇ ਹੁਣ ਤੂੰ ਵੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਸਰਪੰਚ ਸਾਹਿਬ ਤੁਸੀਂ ਗੱਲ ਨੂੰ ਇੱਥੇ ਦੱਬ ਦਿਓ ਬਸ ਅੱਗੇ ਨਾ ਵਧਾਇਓ ਹੁਣ ਗੱਲ ਐਂ ਨਹੀਂ ਦੱਬਦੀ ਹੁਣ ਤਾਂ ਮੈਂ ਤੈਨੂੰ ਪਿੰਡ 'ਚੋਂ ਬਾਹਰ ਕੱਢੂੰਗਾ ਮੈਂ ਪਿੰਡ 'ਚੋਂ ਸਾਰੀ ਗੰਦਗੀ ਸਾਫ਼ ਕਰਨੀ ਆ ਪਹਿਲਾਂ ਦੇਖ ਚਿੱਟਾ ਪਿੰਡ 'ਚੋਂ ਬੰਦ ਕੀਤਾ ਉਹ ਤੋਂ ਬਾਅਦ ਸ਼ਰਾਬ ਦਾ ਠੇਕਾ ਬੰਦ ਕਰਾਇਆ ਭੁੱਕੀ ਵਾਲਿਆਂ ਦੇ ਫੀਮ ਵਾਲਿਆਂ ਦੇ ਜਿੰਨੇ ਵੀ ਅੱਡੇ ਸੀ ਉਹ ਚੁਕਾਏ ਹੈਂ ਪਿੰਡ 'ਚੋਂ ਬਾਹਰ ਪਰ ਮੈਂ ਕਿੱਥੇ ਜਾਊਂਗੀ ਮੇਰਾ ਤਾਂ ਕੋਈ ਘਰ ਬਾਰ ਹੈ ਨਹੀਂ ਹੋਰ ਕੋਈ ਘਰ ਬਾਰ ਤੇਰੇ ਵਰਗੇ ਨੇ ਕਿਹੜਾ ਘਰ ਬਾਰ ਹੁੰਦੇ ਨੇ ਹੁਣ ਇੱਥੇ 100 ਨਾ ਯਾਰੀ ਪਾਈ ਉੱਥੇ ਪਾ ਲਈ ਅਗਲਾ ਆਪਦੇ ਘਰੇ ਰੱਖ ਲੂਗਾ ਹੈਂ ਤੇਰਾ ਕਿਹੜਾ ਕੋਈ ਹੈਗਾ ਗਾ ਘਰ ਆ ਤੇਰਾ ਵਿਦੇਸ਼ ਗਿਆ ਜਵਾਕ ਜਵਾਕ ਤੇਰੇ ਕਿੱਥੇ ਨੇ ਹਾਂ ਸੱਚ ਉਹ ਤਾਂ ਮੇਰੀ ਭੈਣ ਕੋਲੇ ਆ ਮੇਰੇ ਹਿਸਾਬ ਨਾਲ ਕੁੜੀ ਨੇ ਤੇਰੇ ਦੋ ਹਨ ਹਾਂ ਦੋ ਕੁੜੀਆਂ ਨੇ ਅੱਛਾ ਉਹ ਭੈਣ ਕੋਲੇ ਸੜਤੀਆਂ ਵੀ ਮੇਰੇ ਕਰਤੂਤਾਂ ਦਾ ਉਹਨਾਂ ਤੇ ਕੋਈ ਪ੍ਰਭਾਵ ਨਾ ਪਵੇ ਹੈ ਸਾਡੇ ਜਵਾਕ ਨਹੀਂ ਹੈਗੇ ਜਿਨ੍ਹਾਂ ਨੂੰ ਤੂੰ ਵਿਗਾੜੀ ਜਾਂਦੀ ਹੈ ਪਿੰਡ 'ਚ ਹੈ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਆਪਦੇ ਉੱਥੇ ਛੱਡੀ ਜਾਂਦੀ ਹੈਗੀ ਨਾ ਤੇਰੇ ਘਰ ਵਾਲੇ ਨਹੀਂ ਕੁਛ ਕਹਿੰਦਾ ਤੈਨੂੰ ਉਹਨੂੰ ਪਤਾ ਹੀ ਨਹੀਂ ਉੱਥੇ ਬੈਠੇ ਨੂੰ ਕੁਛ ਕਿਸੇ ਨੇ ਦੱਸਿਆ ਉਹਨੂੰ ਵੀ ਪਤਾ ਹੈ ਉਹਨੂੰ ਮੇਰੇ ਬਾਰੇ ਸਾਰਾ ਕੁਛ ਪਤਾ ਹੈ ਉਹ ਵੀ ਤੇਰੇ ਯਾਰ ਗੱਲ ਚੱਲ ਫੰਗਾ ਹੀ ਆ ਵੀ ਤੈਨੂੰ ਕਹਿ ਕੇ ਕੰਮ ਕਰਾਉਂਦਾ ਫਿਰ ਨਹੀਂ ਉਹਦੇ ਬਾਰੇ ਨਾ ਬੋਲੋ ਨਹੀਂ ਫਿਰ ਉਹ ਤੈਨੂੰ ਰੋਕਦਾ ਨਹੀਂ ਹੈਗਾ ਹੁਣ ਉਹਨੂੰ ਕਿਹੜਾ ਪਤਾ ਨਹੀਂ ਹੁਣ 100 ਬੰਦਾ ਦੱਸਦਾ ਹੋਊ ਤੂੰ ਕਿਹੜਾ ਉਹਦੇ ਨਾਲ ਕਦੇ ਗੱਲ ਨਹੀਂ ਕੀਤੀ ਬਾਹਰੋਂ ਤੈਨੂੰ ਪੈਸਾ ਧੇਲਾ ਭੇਜਦੇ ਤੈਨੂੰ ਇਹ ਕੰਮ ਕਰਨ ਦੀ ਕੀ ਲੋੜ ਪੈ ਗਈ ਉਹ ਕੁਛ ਕਮਾਉਂਦੇ ਨਹੀਂ ਉੱਥੇ ਨਹੀਂ ਜਿਹੜਾ ਕੁਛ ਤੁਸੀਂ ਮੇਰੇ ਬਾਰੇ ਦੇਖਦੇ ਹੋ ਨਾ ਉਹ ਕੁਛ ਗਲਤ ਹੈ ਤੁਸੀਂ ਗਲਤ ਸੋਚਦੇ ਹੋ ਚੱਲ ਮੈਂ ਗਲਤ ਸੋਚਦਾ ਸਹੀ ਸੋਚਦਾ ਤੈਨੂੰ ਮੈਂ ਦਿੰਦਾ 2 ਦਿਨ ਦਾ ਮੌਕਾ ਸਾਡੇ ਪਿੰਡ 'ਚੋਂ ਆਪਦਾ ਘਰ ਖਾਲੀ ਕਰ ਦੇ ਕਿਤੇ ਮਰਜ਼ੀ ਰਹੇ ਝੁੱਗੀ 'ਚ ਰਹੇ ਝੌਂਪੜੀ 'ਚ ਰਹੇ ਕਿਸੇ ਦੇ ਨਾਲ ਰਹੇ ਕਿ ਸ਼ਹਿਰ 'ਚ ਜਾ ਕਿਸੇ ਪਿੰਡ 'ਚ ਆ ਮੈਂ ਸਾਡੇ ਪਿੰਡ 'ਚੋਂ ਨਿਕਲਦਾ ਤੇਰੇ ਮੂਹਰੇ ਮੈਂ ਹੱਥ ਮਾਰਨਾ ਪਰ ਸਰਪੰਚ ਸਾਹਿਬ 10-12 ਦਿਨ ਦਾ ਮੌਕਾ ਤਾਂ ਦਿਓ ਮੈਂ ਘਰ ਲੱਭ ਲੂੰਗੀ ਇੰਨੀ ਜਲਦੀ 2 ਦਿਨਾਂ 'ਚ ਘਰ ਮੈਨੂੰ ਕਿੱਥੇ ਮਿਲੂਗਾ ਉਹ ਪਿੰਡ ਵਾਲੇ ਮੇਰੇ ਖੜੇ ਪੈ ਨੇ ਮੈਂ ਦੱਸ ਕੀ ਕਰਾਂ ਮੈਨੂੰ ਤਾਂ ਉਹਨਾਂ ਦੀ ਮੰਨਣੀ ਪਊਗੀ ਹੁਣ ਪਿੰਡ ਵਾਲੇ ਨੇ ਮੈਨੂੰ ਸਰਪੰਚ ਬਣਾਵੇ ਭਾਈ ਪਿੰਡ ਦਾ ਭਲਾਈ ਕਰੀ ਹੈ ਪਿੰਡ 'ਚੋਂ ਮਾੜੇ ਕੰਮਾਂ ਨੂੰ ਹਟਾਈ ਮੈਂ ਤੈਨੂੰ ਕਿਵੇਂ ਰੱਖ ਲਾਂ ਤੂੰ ਪਿੰਡ ਕਿਨੂੰ ਕੀਤਾ ਪਿਆ ਬਦਨਾਮ ਹੈ ਇਹ ਕੰਮ ਪਤਾ ਮੈਂ ਕਿਉਂ ਕਰਦੀ ਆ ਕਿਉਂ ਕਰਦੀ ਆ ਸਾਰਾ ਕੁਝ ਪਤਾ ਲੱਗ ਜਾਊਗਾ ਐਡੀ ਕੀ ਮਜਬੂਰੀ ਆ ਮੈਨੂੰ ਵੀ ਦੱਸ ਦੇ ਜੇ ਕੋਈ ਪੈਸੇ ਧੇਲੇ ਦੀ ਕਮੀ ਆ ਤੈਨੂੰ 4 ਛੱਲੜ ਦੇ ਕੇ ਤੋਰ ਦਾਂਗੇ ਉਹ ਹੈ
ਆ ਜਾਓ ਸਰਪੰਚ ਸਾਹਿਬ, ਸਾਨੂੰ ਅੱਜ ਪਤਾ ਲੱਗ ਹੀ ਜਾਊਗਾ। ਆ ਜਾਓ ਮੇਰੇ ਨਾਲ। ਇੱਧਰ ਕਿੱਧਰ ਲਈ ਜਾਂਦੇ, ਇੱਥੇ ਦੇਖਣ ਵਾਲਾ ਕੀ ਰਹਿ ਗਿਆ? ਆ ਜਾਓ ਜੀ, ਆ ਜਾਓ। ਮੈਂ ਤਾਂ ਆ ਜਾਣਾ। ਆ ਜਾਓ, ਆ ਜਾਓ ਸਰਪੰਚ ਸਾਹਿਬ। ਓਏ ਹੁਣ ਇੱਥੇ ਅੰਦਰ ਮੈਨੂੰ ਕੀ ਦਿਖਾਉਣਾ? ਬੈਠੋ ਜੀ, ਤੁਹਾਨੂੰ ਸਾਰੀ ਕਹਾਣੀ ਦੱਸਦੀ ਆ। ਆ ਕਿਹਨੂੰ ਪਾਈ ਫਿਰਦੇ, ਕੌਣ ਪਿਆ ਇਹ? ਇਹ ਮੇਰੇ ਘਰ ਵਾਲਾ ਜੀ। ਤੇਰੇ ਘਰ ਸਿੰਘਾਪੁਰ ਗਿਆ, ਇਹ ਕਿਹਨੂੰ ਪਾਈ ਫਿਰਦੀ ਆ? ਨਹੀਂ ਨਹੀਂ ਸਰਪੰਚ ਸਾਹਿਬ, ਇਹੀ ਮੇਰੇ ਘਰ ਵਾਲਾ ਹੈ। ਨਾਲੇ ਮੇਰਾ ਘਰ ਵਾਲਾ ਕੋਈ ਸਿੰਘਾਪੁਰ ਨਹੀਂ ਗਿਆ ਹੋਇਆ, ਮੈਂ ਤਾਂ ਜਾਣ ਕੇ ਨਾ ਸਾਰੇ ਪਿੰਡ 'ਚ ਗੱਲ ਫੈਲਾਈ ਸੀ। ਇਹਨਾਂ ਦੀਆਂ ਲੱਤਾਂ ਕੱਟੀਆਂ ਹੋਈਆਂ ਨੇ ਤੇ ਅੱਖਾਂ ਤੋਂ ਦਿਸਦਾ ਨਹੀਂ ਇਹਨਾਂ ਨੂੰ। ਲੱਤਾਂ ਕੱਟੀਆਂ ਨੇ? ਹਾਂ ਸਰਪੰਚ ਸਾਹਿਬ। ਇਹੀ ਜੀ ਕੀ ਗੱਲ ਹੋ ਗਈ ਸੀ ਕਿ ਮੈਂ ਲੱਤਾਂ ਕੱਟੀਆਂ, ਕੀ ਹੋ ਗਿਆ ਸੀ? ਸਰਪੰਚ ਸਾਹਿਬ, ਮੇਰਾ ਵੀ ਹੱਸਦਾ ਵੱਸਦਾ ਪਰਿਵਾਰ ਸੀ। ਓ ਹਾਂ ਮਨਾ, ਕੀ ਕਰਦੀ ਐ? ਅੱਛਾ ਬਣ ਗਿਆ ਕੰਮ ਫਿਰ? ਹਾਂ ਬਣ ਗਿਆ। ਕੀ ਕਹਿੰਦਾ ਏਜੰਟ? ਕਹਿੰਦਾ 10-15 ਦਿਨ ਲੱਗਣਗੇ। ਅੱਛਾ ਚੱਲ ਕੋਈ ਨਾ, 10-15 ਦਿਨ ਤਾਂ ਆ ਹੀ ਲੈ। ਮੈਂ ਆਹੀ ਕਹਿੰਦੀ, ਚੱਲ ਤੁਸੀਂ ਇੱਕ ਵਾਰ ਬਾਹਰ ਵਗ ਜਾਓ, ਤੁਹਾਡੀ ਸੈਟਿੰਗ ਹੋ ਗਈ ਨਾ ਜਦੋਂ, ਫਿਰ ਤਾਂ ਆਪਣੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਨੇ। ਹੋਰ ਮੈਂ ਵੀ ਇਹੀ ਕਹਿੰਦਾ ਵੀ ਨਾਲੇ ਕੁੜੀਆਂ ਦਾ ਕੁਛ ਬਣ ਜੂਗਾ ਬਾਹਰ ਜਾ ਕੇ, ਉਰੇ ਥੋੜੀ ਜ਼ਮੀਨ ਹੈ, ਕੀ ਬਣਦਾ? ਸਹੀ ਗੱਲ ਹੈ। ਅਤੇ ਨਾਲੇ ਸੱਚ ਤੁਸੀਂ ਉਹਨਾਂ ਨੂੰ ਸ਼ਿੰਦੇ ਹੋਰਾਂ ਨੂੰ ਕਿਉਂ ਦੱਸਤਾ? ਉਹ ਸਾਰੇ ਗੱਲ ਫੈਲਾਤੀ ਉਹਨਾਂ ਨੇ ਪਿੰਡ 'ਚ, ਹਜੇ ਕੰਮ ਬਣਿਆ ਹੈ ਨਹੀਂ ਗਾ, ਗੱਲ ਪਹਿਲੀ ਡਾਤੀ ਪਿੰਡ 'ਚ। ਅੱਛਾ ਹਾਂ ਚੱਲ, ਕੁੱਤੇ ਦਾ ਪਾਉ ਨਾ ਤੁਸੀਂ ਰੌਲਾ ਪਾਇਆ ਕਰੋ ਐਵੇਂ, ਫਿਰ ਜਦੋਂ ਤੁਸੀਂ ਇੱਧਰ ਉੱਧਰ ਦੱਸਦੇ ਹੋ ਨਾ ਫਿਰ ਕੰਮ ਨਹੀਂ ਬਣਦਾ ਹੈਗਾ। ਉਹ ਐਂ ਲੋਕਾਂ ਦੇ ਯਕੀਨ ਨਹੀਂ ਕਰਿਆ ਕਰਦੇ, ਇਹ ਕੁਛ ਨਹੀਂ ਹੁੰਦਾ ਹੈਗਾ, ਵਹਿਮ ਨਾ ਕਰ ਤੂੰ। ਬਸ ਹੁਣ ਤਾਂ ਨਾ ਇੱਕ ਵਾਰ ਤੁਸੀਂ ਬਾਹਰ ਵਗ ਜਾਓ, ਫਿਰ ਤਾਂ ਚੱਲ ਜਵਾਕੜੀਆਂ ਦਾ ਕੁਛ ਬਣ ਜੂਗਾ, ਵਧੀਆ ਪੜ੍ਹਾਈ ਲਿਖਾਈ ਕਰ ਲੈਣਗੀਆਂ ਜਵਾਕੜੀਆਂ, ਹੈ ਵਧੀਆ ਨੌਕਰੀ 'ਤੇ ਲੱਗ ਜਾਣਗੀਆਂ। ਉਹ ਤਾਂ ਹੀ ਜਾਣਾ ਵੀ ਇਹਨਾਂ ਦਾ ਕੁਛ ਬਣ ਜੂਗਾ, ਉਹ ਜ਼ਮੀਨ ਕਿੱਲੇ ਡੇਢ ਕਿੱਲੇ ਨਾਲ ਕੀ ਹੁੰਦਾ ਹੈ? ਕੁਛ ਨਹੀਂ ਬਣਦਾ, ਨਾਲੇ ਇੱਧਰ ਤਾਂ ਕੋਈ ਹੁਣ ਇੰਨੀ ਪੜ੍ਹਾਈ ਲਿਖਾਈ ਦਾ ਤੁਹਾਡੀ ਦਾ ਕੀ ਹੋਇਆ ਜਦੋਂ ਨੌਕਰੀ ਨਾ ਮਿਲੀ? ਬਾਹਰੋਂ ਚੱਲ ਵਧੀਆ ਪੈਸਾ ਬਣਦਾ, ਇੱਥੇ ਤਾਂ ਕੋਈ ਇਹੋ ਜਿਹੀ ਨੌਕਰੀਆਂ ਵੀ ਨਹੀਂ, 5-7 ਹਜ਼ਾਰ 10-15 ਨਾਲ ਕੀ ਬਣਦਾ? ਕੁਛ ਨਹੀਂ ਬਣਦਾ, ਹੋਰ ਕੁਛ ਨਹੀਂ ਬਣਦਾ ਹੈਗਾ। ਤੂੰ ਚੱਲ ਚਾਹ ਪਾਣੀ, ਮੈਂ ਥੱਕ ਰਿਹਾ। ਠੀਕ ਹੈ, ਮੈਂ ਚਾਹ ਲੈ ਕੇ ਆਉਣੀ ਹੈ ਤੁਹਾਡੇ ਵਾਸਤੇ। ਉਹ ਅਮਨ ਕੀ ਕਰੀ ਜਾਂਦੀ ਹੈ? ਉਹ ਇੱਕ ਖੁਸ਼ਖਬਰੀ ਹੈ। ਕੀ ਖੁਸ਼ਖਬਰੀ? ਆਪਣਾ ਵੀਜ਼ਾ ਆ ਗਿਆ ਮੇਰਾ। ਸੱਚੀ? ਹੋਰ ਸ਼ੁਕਰ ਮਾਤਮਾ ਤੇਰਾ, ਲੱਖ ਲੱਖ ਸ਼ੁਕਰ ਹੈ। ਚੱਲ ਵਧੀਆ, ਤਾਂ ਬਹੁਤ ਖੁਸ਼ੀ ਦੀ ਗੱਲ ਹੈ ਫਿਰ। ਹੋਰ ਅਗਲੀ 27 ਤਰੀਕ ਆਈ ਹੈ। ਚੱਲ ਵਧੀਆ ਕੀਤਾ, ਪਰਮਾਤਮਾ ਨੇ ਆਪਣੀ ਸੁਣ ਲਈ। ਲੈ ਫਿਰ ਉਹ ਕੋਣ ਕੱਪੜੇ ਕੁੱਪੜੇ ਪੈਕ ਕਰਦੀ ਮੇਰੇ? ਕੱਪੜੇ ਤਾਂ ਤੁਹਾਡੇ ਮੈਂ ਪਹਿਲੇ ਪ੍ਰੈਸ ਕਰਕੇ ਰੱਖਦੀ ਹੁੰਦੀ ਹਾਂ, ਕਿਉਂਕਿ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਸੀ ਵੀ ਆਪਣਾ ਕੰਮ ਜ਼ਰੂਰ ਬਣੂਗਾ। ਕੱਪੜੇ ਤਾਂ ਮੈਂ ਪੈਕ ਕਰ ਦਿੰਦੀ ਹਾਂ। ਹੈਲੋ ਹੈਲੋ ਕਾਲੇ। ਹਾਂ ਜੀ, ਆਪਣੀ ਲੜਾਈ ਹੋ ਗਈ ਕਿਸੇ ਨਾਲ, ਜਲਦੀ ਆ ਤੂੰ। ਅੱਛਾ ਜੀ। ਹਾਂ ਹਾਂ, ਛੇਤੀ ਆ, ਡਾਂਗ ਲੈ ਕੇ ਆਇਆ। ਠੀਕ ਹੈ ਜੀ, ਆ ਗਈ ਛੇਤੀ ਆ। ਕਿਹਦਾ ਫੋਨ ਸੀ? ਸਰਦਾਰਾਂ ਦਾ। ਤੀ ਕਿਵੇਂ? ਕਹਿੰਦਾ ਲੜਾਈ ਹੋ ਗਈ, ਕਹਿੰਦਾ ਛੇਤੀ ਆ ਜਾ। ਲੜਾਈ ਹੋ ਗਈ? ਹੋਰ ਹੁਣ ਤੁਸੀਂ ਲੜਾਈ 'ਚ ਥੋੜੇ ਜਾਓਗੇ? ਉਹ ਜਾਣਾ ਤਾਂ ਪਊਗਾ, ਹੁਣ ਇੰਨਾ ਚਿਰ ਹੋ ਗਿਆ ਉਹਨਾਂ ਦੇ ਕੰਮ ਕਰਦੇ ਨੂੰ। ਚੱਲ ਕੋਈ ਨਾ, ਜਾਇਓ ਫਿਰ, ਬਾਲਾ ਨਾ ਕਿਤੇ ਕੋਈ ਵਿੱਚ ਪਇਓ। ਚੱਲ ਕੋਈ ਨਾ, ਦੂਰ ਹੀ ਰਿਹੋ ਮੜਾ ਜਾ। ਠੀਕ ਹੈ। ਚੱਲ ਸ਼ੁਕਰ ਹੈ ਪਰਮਾਤਮਾ, ਸਾਡਾ ਆਹ ਕੰਮ ਤਾਂ ਬਣ ਗਿਆ, ਹੁਣ ਤਾਂ ਘਰ 'ਚ ਖੁਸ਼ੀਆਂ ਖੁਸ਼ੀਆਂ ਆਉਣ ਵਾਲੀਆਂ ਨੇ, ਨਾਲੇ ਮੇਰੀਆਂ ਦੋ ਜਵਾਕੜੀਆਂ ਦਾ ਕੁਛ ਬਣ ਜੂਗਾ ਵਿਚਾਰੀਆਂ ਦਾ। ਉਹ ਅਮਨ ਕੀ ਕਰਦੀ ਹੈ? ਝਾੜੂ ਲਾਈ ਜਾਂਦੀ ਸੀ। ਤੂੰ ਛੇਤੀ ਛੇਤੀ ਭੱਜ ਲੈ। ਕੀ ਗੱਲ ਹੋ ਗਈ? ਉਹ ਸਰਦਾਰਾਂ ਨੇ ਕਤਲ ਕਰਤਾ। ਕਤਲ? ਹਾਂ ਕਤਲ। ਹੁਣ ਫਿਰ ਕੀ ਵਿੱਚੇ ਮੇਰੇ ਨੂੰ ਰੱਖਦਾ? ਸੋਡਾ ਨਾ ਵੀ ਰੱਖਤਾ? ਤੂੰ ਛੇਤੀ ਛੇਤੀ ਨਾਲੇ ਕੁੜੀਆਂ ਨੂੰ ਚੱਕ ਲੈ, ਨਾਲੇ ਕੱਪੜੇ ਪਾ ਲੈ। ਹਾਏ ਰੱਬਾ, ਕੀ ਹੋ ਗਿਆ? ਚਲੋ ਆ ਜਾਓ ਜੀ ਫਟਾਫਟ।
ਇਹਦਾ ਕਤਲ ਕੇਸ 'ਚ ਨਾ ਆ ਗਿਆ ਸੀ। ਕਸੂਰ ਸਿਰਫ ਇਹਦਾ ਇੰਨਾ ਸੀ ਕਿ ਜੀਤੇ ਕਾ ਸੀਰੀ ਸੀ ਬਸ। ਫਿਰ ਮੈਨੂੰ ਅਤੇ ਆਪਦੀਆਂ ਬੱਚੀਆਂ ਨੂੰ ਲੈ ਕੇ ਨਾਲ ਇਹਨੂੰ ਆਪਦੀ ਭੈਣ ਦੇ ਘਰ ਭੱਜਣਾ ਪਿਆ। ਉਹੀ ਗੱਲ ਹੋ ਗਈ ਜਿਹੜੀ ਤੋਂ ਮੈਂ ਡਰਦਾ ਸੀ। ਥਾਣੇ 'ਚ ਮੇਰਾ ਨਾਂ ਵੀ ਰੱਖਤਾ, ਹੁਣ ਪੁਲਿਸ ਮੈਨੂੰ ਭਾਲਦੀ ਫਿਰਦੀ ਹੈ। ਉਹਦਾ ਸ਼ੁਕਰ ਹੈ ਤੇਰੀ ਭੈਣ ਦਾ ਆਪਾਂ ਨੂੰ ਰੱਖ ਲਿਆ ਉਰੇ। ਉਹਨੇ ਆਪਦਾ ਘਰ ਤਾਂ ਪੱਟੀ ਲਿਆ, ਰਹਿੰਦਾ ਖੁੰਦਾ ਆਪਣਾ ਵੀ ਜਾੜਤਾ। ਚੱਲ ਕੋਈ ਨਾ, ਮੈਂ ਤਾਂ ਸੁਣਵਾਏ ਕਹਿੰਦੀ ਸੀ। ਹੁਣ ਨਾ ਤੁਸੀਂ ਏਜੰਟ ਨਾਲ ਗੱਲਬਾਤ ਕਰਕੇ ਨਾ ਬਾਹਰ ਵਗ ਜਾਓ, ਹੋਰ ਤਾਂ ਕੋਈ ਹੀਲਾ ਨਹੀਂ ਹੈਗਾ। ਹੋਰ ਏਜੰਟ ਨਾਲ ਗੱਲ ਕਰਨੀ ਪਊਗੀ, ਇਹ ਤਾਂ ਪੰਗਾ ਛੇੜਤਾ। ਹੁਣ ਤੁਸੀਂ ਏਜੰਟ ਨਾਲ ਗੱਲਬਾਤ ਕਰ ਲਓ, ਛੇਤੀ ਬਾਹਰ ਜਾਓ ਤੁਸੀਂ। ਚੱਲ ਕਰਦੇ ਹਾਂ ਗੱਲ। ਜੇ ਇੱਕ ਵਾਰ ਤੁਸੀਂ ਪੁਲਿਸ ਦੇ ਡਿੱਕੇ ਚੜ ਗਏ ਨਾ ਤਾਂ ਬੇਲਾ ਹੱਥ ਨਹੀਂ ਆਉਣਾ ਹੈਗਾ। ਹੋਰ ਜਿਹੜਾ ਕਿੱਲਾ ਡੇਢ ਕਿੱਲੇ ਜ਼ਮੀਨ ਦੇ ਨਾਲ ਤਾਂ ਇਹ ਜਾਊਗਾ, ਵੇਚ ਕੇ ਵੀ ਨਹੀਂ ਸਿਆਬ ਜਾਣਾ ਕੰਮ, ਕਿਉਂਕਿ ਕਤਲ ਕੇਸ ਇੰਨਾ ਹੀ ਹੁੰਦਾ ਹੈ। ਚੱਲ ਕੋਈ ਨਾ, ਕੁੜੀਆਂ ਤਾਂ ਮੈਂ ਆਪਦੀ ਭੈਣ ਕੋਲ ਰੱਖ ਦੂੰਗੀ, ਤੁਸੀਂ ਗੱਲ ਕਰ ਲਓ ਛੇਤੀ ਛੇਤੀ। ਚੱਲ ਕੋਈ ਨਾ, ਮੈਂ ਏਜੰਟ ਨੂੰ ਪੁੱਛਦਾ ਵੀ ਛੇਤੀ ਕਰਾ ਬਾਈ ਕੰਮ। ਠੀਕ ਹੈ ਠੀਕ ਹੈ, ਚੰਗਾ ਮੈਂ ਜਾਣਾ ਫਿਰ ਪੁੱਛਦਾ ਉਹਨੂੰ। ਉਹ ਹਾਂ ਮਨ, ਹਾਂਜੀ ਮੈਂ ਜਾ ਕੇ ਆਉਣਾ ਫਿਰ ਏਜੰਟ ਕੋਲ। ਉਹਨੂੰ ਕੱਲ ਫੋਨ ਕਰਕੇ ਪੁੱਛਿਆ ਸੀ ਕੀ ਕਹਿੰਦਾ, ਫਿਰ ਕਹਿੰਦਾ ਕੱਲ ਨੂੰ ਆ ਜੀ। ਚੱਲ ਜਾ ਆਓ। ਪੈਸਿਆਂ ਨੂੰ ਕਹਿੰਦਾ ਜੀ, ਕਹਿੰਦਾ ਪੈਸੇ ਲੈ। ਪੈਸੇ ਤੁਸੀਂ ਆਪਦੇ ਦੋਸਤ ਨੂੰ ਪੁੱਛ ਲਓ ਕਿਸੇ ਨੂੰ। ਹਾਂ ਪੁੱਛ ਲਿਓ ਉਹਨੂੰ, ਇਹ ਪੁੱਛੇ ਨੇ। ਹੁਣ ਉਹਨਾਂ ਨੂੰ ਤਾਂ ਆਪਾਂ ਪੈਸੇ ਵੀ ਨਹੀਂ ਪੁੱਛ ਸਕਦੇ, ਉਹਨਾਂ ਨੇ ਤਾਂ ਹੋਰ ਹੀ ਬੰਜ ਖੜਾ ਕਰਤਾ। ਚੱਲ ਮਾੜਾ ਜਿਹਾ ਧਿਆਨ ਨਾਲ ਜਾਇਓ। ਨਾ ਧਿਆਨ ਨਾਲ ਜਾਊਂਗਾ, ਉਹਨੂੰ ਪੁੱਛ ਲਿਆ ਮੈਂ ਪੈਸੇ। ਕਹਿੰਦਾ ਪੈਸੇ ਮੈਂ ਉਦੋਂ ਫੜ ਕੇ ਉੱਧਰ ਏਜੰਟ ਲਵੇ ਜਾ ਕੇ ਆਊਂਗਾ, ਉਹਨੂੰ ਦੇ ਕੇ ਕਹਿੰਦਾ ਆਪਾਂ ਕਰਦੇ ਹਾਂ ਨਾ ਗੱਲ, ਛੇਤੀ ਤੋੜ ਦਾਂਗੇ ਇਦੋਂ ਪਹਿਲਾਂ। ਠੀਕ ਹੈ ਚੱਲ ਕੋਈ ਨਾ, ਮੈਂ ਜਾਣਾ ਫਿਰ। ਇੱਕ ਗੱਲ ਹੋਰ ਹੈ, ਤੇਰੀ ਭੈਣ ਨੂੰ ਤਾਂ ਨਹੀਂ ਦੱਸਿਆ ਇਹ ਗੱਲ ਬਾਰੇ? ਭੈਣ ਨੂੰ ਤਾਂ ਹੁਣ ਮੈਨੂੰ ਗੱਲ ਦੱਸਣੀ ਪਈ, ਪਰ ਤੁਸੀਂ ਫਿਕਰ ਨਾ ਕਰੋ, ਭੈਣ ਅੱਗੇ ਕਿਸੇ ਕੋਲ ਨਹੀਂ ਗੱਲ ਕਰਦੀ। ਕਿਤੇ ਅੱਗੇ ਦੱਸਦੇ? ਨਹੀਂ ਨਹੀਂ ਦੱਸਦੀ, ਭੈਣ ਤੋਂ ਤਾਂ ਬੇਚਿੰਤ ਰਹੋ ਤੁਸੀਂ। ਅੱਛਾ ਹਾਂ, ਭੈਣ ਨਹੀਂ ਗੱਲ ਕਰਦੀ। ਚਲੋ ਕੋਈ ਨਾ, ਕਹੇ ਨਹੀਂ ਫਿਰ ਵੀ ਕਿਤੇ ਬੇਇੱਜ਼ਤੀ ਹਜ਼ੂਰੋਂ ਵੀ ਵਗ ਜਾਈਏ। ਨਹੀਂ 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 ਕੁਛ ਨਹੀਂ ਕਹਿੰਦੀ, ਉਹਨੂੰ ਪਤਾ ਆਪਣੀ ਮਜਬੂਰੀ ਦਾ। ਚਲੋ ਕੁੜੀਆਂ ਮਾੜਾ ਧਿਆਨ ਰੱਖਿਓ, ਬਾਹਰ ਫਿਰਦੀਆਂ ਨੇ। ਮੇਰੀ ਭੈਣ ਨੇ ਰੱਖ ਰੱਖਿਆ, ਕੋਈ ਕੁੜੀਆਂ ਕਰਨੀ ਹੋਣਾ ਤੁਸੀਂ ਫਿਕਰ ਕਰੋ। ਚੰਗਾ ਭੈਣ ਹੈਗੀ ਆ ਸੰਭਾਲ ਕਰਨ ਵਾਲੀ। ਚੱਲ ਤੁਸੀਂ ਜਾਇਓ। ਚੰਗਾ। ਕੀ ਨੌਬਤ ਆ ਗਈ ਪਰਮਾਤਮਾ, ਮਸਾਂ ਤਾਂ ਸਾਡਾ ਕੰਮ ਬਣਿਆ ਸੀ, ਮਸਾਂ ਸੁਣੀ ਸੀ, ਆ ਕੀ ਸਿਆਪਾ ਪੈ ਗਿਆ। ਬਸ ਇਸ ਘਟਨਾ ਤੋਂ ਬਾਅਦ ਇਹਦੀਆਂ ਲੱਤਾਂ ਕੱਟਣੀਆਂ ਪਈਆਂ ਅਤੇ ਅੱਖਾਂ ਤੋਂ ਅੰਨਾ ਹੋ ਗਿਆ। ਫਿਰ ਬਸ ਇਹਦੀ ਗੱਲ ਫੈਲਾਉਣੀ ਪਈ ਪਿੰਡ 'ਚ ਕਿ ਇਹ ਭੱਜ ਗਿਆ ਘਰੋਂ, ਕਿਉਂਕਿ ਪੁਲਿਸ ਇਹਦੇ ਮਗਰ ਲੱਗੀ ਹੋਈ ਸੀ। ਅਤੇ ਮੇਰਾ ਤਾਂ ਪੁਲਿਸ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਿੱਥੇ ਹਾਂ। ਅੱਛਾ, ਇਹਦੀ ਗੱਲ ਫੈਲਾਤੀ ਵੀ ਇਹ ਸਿੰਗਾਪੁਰ ਗਿਆ ਗਾ? ਹਾਂ ਸਰਪੰਚ ਸਾਹਿਬ। ਉਹ ਫਿਰ ਉਹ ਤਾਂ ਠੀਕ ਆ, ਸਿੰਗਾਪੁਰ ਗਿਆ, ਉਸ ਤੋਂ ਬਾਅਦ ਤੈਨੂੰ ਇਹੋ ਜਿਹੇ ਕੰਮ ਕਰਨ ਦੀ ਕੀ ਲੋੜ ਸੀ? ਤੂੰ ਕਿਸੇ ਦੇ ਘਰੇ ਝਾੜੂ ਪੋਚਾ ਕਰ ਲੈਂਦੀ, ਕਿਸੇ ਦਾ ਗੋਹਾ ਸੁੱਟ ਕੇ ਗੁਜ਼ਾਰਾ ਕਰ ਲੈਂਦੀ ਹੈ? ਤੈਨੂੰ ਪੈਸੇ ਚਾਹੀਦਾ ਸੀ, ਹੈ ਵੀ ਇਹਦੇ ਇਲਾਜ ਵਾਸਤੇ ਪੈਸਾ ਚਾਹੀਦਾ ਸੀ ਤੈਨੂੰ, ਇਹਦੀ ਦਵਾਈ ਬੂਟੀ ਚੱਲਦੀ ਸੀ, ਫਿਰ ਦਵਾਈ ਬੂਟੀ ਵਾਸਤੇ ਤੂੰ ਇਹੋ ਜਿਹੇ ਧੱਕੇ ਕਿਉਂ ਖਾਧੇ? ਹੈ ਸਰਪੰਚ ਸਾਹਿਬ, ਮੈਂ ਸਾਰਾ ਕੁਛ ਕਰਕੇ ਦੇਖ ਲਿਆ, ਮੈਂ ਝਾੜੂ ਪੋਚਾ ਵੀ ਕੀਤਾ। ਫਿਰ ਉੱਥੇ ਕੀ ਗੱਲ ਹੋ ਗਈ? ਸਰਪੰਚ ਸਾਹਿਬ, ਉੱਥੇ ਵੀ ਬਹੁਤ ਦਰਿੰਦੇ ਸੀਗੇ ਜਿਨ੍ਹਾਂ ਨੇ ਮੈਨੂੰ ਆਪਦੇ ਜਾਲ 'ਚ ਫਸਾ ਕੇ। ਸਰਦਾਰ ਜੀ,
ਮੈਂ ਸਾਰਾ ਕੰਮ ਕਰਤਾ, ਮੈਂ ਜਾ ਸਕਦੀ ਹਾਂ ਹੁਣ? ਹਾਂ ਜੇ ਕੰਮ ਨਿਬੜ ਗਿਆ ਫਿਰ ਤਾਂ ਚਲੀ ਜਾ। ਠੀਕ ਹੈ ਸਰਦਾਰ ਜੀ। ਠੀਕ ਹੈ। ਵਾਓ ਮਨਾ, ਬਾਕੀ ਚੀਜ਼ ਤਾਂ ਹੈ, ਦੇਖਣੀ ਪਊ, ਇਹਦੇ ਨਾਲ ਵੀ ਕਰਨੇ ਪੈਣਗੇ ਦੋ ਦੋ ਹੱਥ। ਲੈ ਉਹ ਮਨਾ, ਅੱਜ ਆਉਣ ਦੇ, ਅੱਜ ਨਹੀਂ ਜਾਣ ਦਿੰਦਾ ਸੁੱਕੀ, ਅੱਜ ਤਾਂ ਕਰੂੰ ਦੋ ਦੋ ਹੱਥ। ਆ ਰਹੀ ਹੈ ਸਰਦਾਰ ਸਾਹਿਬ। ਹਾਂਜੀ। ਬਾਕੀ ਕੱਪੜੇ ਤਾਂ ਧੋਤੇ, ਹੋਰ ਤਾਂ ਨਹੀਂ ਧੋਣ ਵਾਲੇ ਕੱਪੜੇ? ਜੇ ਸਾਰੇ ਕੱਪੜੇ ਧੋਤੇ, ਹੋਰ ਤਾਂ ਨਹੀਂ ਹੈਗੇ, ਫਿਰ ਆ ਦੇ ਦੇਣਾ ਤੈਨੂੰ ਤਾਰ ਕੇ। ਤਾਰ ਦੋ ਜੀ। ਮੇਰੀ ਗੱਲ ਸੁਣ ਤੂੰ। ਇਹ ਕੀ ਕਰ ਰਹੇ ਹੋ ਤੁਸੀਂ? ਉਹ ਇੱਕ ਵਾਰ ਗੱਲ ਤਾਂ ਸੁਣ ਲੈ। ਮੇਰਾ ਹੱਥ ਛੱਡੋ। ਇਹ ਕੀ ਕਰ ਰਹੇ ਹੋ ਤੁਸੀਂ? ਬੈਠ ਬੈਠ। ਛੱਡੋ ਮੈਨੂੰ, ਛੱਡੋ ਮੈਨੂੰ, ਮੈਂ ਰੌਲਾ ਪਾ ਦੂੰਗੀ। ਛੱਡੋ। ਉਹ ਰੌਲਾ ਕਿਹਨੂੰ ਪਾਵੇਂਗੀ ਬੇਟਾ? ਛੱਡ ਦੋ ਮੈਨੂੰ, ਮੈਂ ਛੱਡ ਦੋ ਮੈਨੂੰ, ਮੈਂ ਕਹਿੰਦਾ ਛੱਡੋ ਮੈਨੂੰ। ਉਸ ਤੋਂ ਬਾਅਦ ਮੈਂ ਰੋਂਦੀ ਰਹੀ, ਕਰਲਾਉਂਦੀ ਰਹੀ, ਪਰ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ। ਇੱਥੋਂ ਤੱਕ ਉਹਦੀ ਰੀਝ ਨਹੀਂ ਪੂਰੀ ਹੋਈ ਸੀ, ਉਹਦੇ ਨਾਲ ਦੋ ਹੋਰ ਵੀ ਸੀ। ਬਸ ਸਰਪੰਚ ਸਾਹਿਬ, ਉਸ ਤੋਂ ਬਾਅਦ ਮੈਂ ਬੈਠੀ ਰੋ ਰਹੀ ਸੀ। ਉਹ ਹੁਣ ਰੋਈਏ ਜਾਵੇਂਗੀ? ਚੁੱਪ ਕਰ, ਸਾਡੀ ਜ਼ਰੂਰਤ ਹੋ ਗਈ ਪੂਰੀ, ਹੁਣ ਹੁਣ ਅਸੀਂ ਜਾਂਦੇ ਹਾਂ। ਸਾਨੂੰ ਤੇਰੀ ਲੋੜ ਹੈ, ਤੈਨੂੰ ਇਹਦੀ ਲੋੜ ਹੈ। ਲੈ ਚੱਕ, ਪੂਰਾ 10,000 ਹੈ, ਜੇ ਹੋਰ ਲੋੜ ਪਈ ਤਾਂ ਦੱਸ ਦੀ। ਮੇਰੀ ਇੱਜ਼ਤ ਲੁੱਟੀ ਗਈ। ਉਸ ਤੋਂ ਬਾਅਦ ਮੇਰੇ ਘਰ ਵਾਲਾ ਵੀ ਕੁਛ ਨਾ ਬੋਲ ਸਕਿਆ, ਕਿਉਂਕਿ ਇਹ ਤਾਂ ਅਪਾਹਜ ਬਣ ਗਿਆ। ਮੈਂ ਆਪਦੀਆਂ ਬੱਚੀਆਂ ਨੂੰ ਇੱਥੋਂ ਹਟਾ ਕੇ ਆਪਦੀ ਭੈਣ ਕੋਲ ਲਾਤੀਆਂ। ਹੁਣ ਮੈਂ ਆਪਦੀਆਂ ਬੱਚੀਆਂ ਦਾ ਸਾਰਾ ਖਰਚਾ ਆਪਦੀ ਭੈਣ ਨੂੰ ਭੇਜਦੀ ਹਾਂ। ਮੈਂ ਜਿਸਮ ਫਰੋਸ਼ੀ ਦਾ ਧੰਦਾ ਕਰਨ ਲੱਗ ਗਈ, ਅਤੇ ਆਪਦੇ ਘਰ ਵਾਲੇ ਦਾ ਦਵਾਈ ਦਾ ਸਾਰਾ ਖਰਚਾ ਸਾਰਾ ਮੇਰੇ ਸਿਰ 'ਤੇ ਆ। ਬਸ ਆਪਦਾ ਜਿਸਮ ਵੇਚ ਕੇ ਨਾ ਪੈਸੇ ਕਮਾਉਣੀ ਆ, ਤੇ ਇਹਨਾਂ ਦਾ ਇਲਾਜ ਕਰਵਾਉਣੀ ਆ। ਬਹੁਤ ਮਾੜੀ ਕੀਤੀ ਉਹ ਕੁੱਤੇ ਬੰਦੇ ਨੇ। ਇੱਕ ਵਾਰੀ ਤੂੰ ਮੈਨੂੰ ਉਹਦਾ ਨਾਂ ਦੱਸ ਦੇ ਵੀ ਕਿਹੜਾ ਬੰਦਾ, ਉਹਨੂੰ ਮੈਂ ਆਪੇ ਸਮਝੂੰਗਾ। ਬਹੁਤ ਗਲਤ ਕੰਮ ਕੀਤਾ ਉਹ ਬੰਦੇ ਨੇ, ਤੈਨੂੰ ਇੰਨੇ ਗਲਤ ਧੰਦੇ 'ਚ ਪਾਇਆ। ਸਰਪੰਚ, ਕੌਣ ਸੀ ਉਹ ਬੰਦਾ? ਉਸਦਾ ਨਾਂ, ਉਹ ਤੁਹਾਡਾ ਆਪਣਾ ਹੀ ਹੈ। ਮੇਰਾ ਆਪਣਾ? ਜਿਹਨੇ ਮੈਨੂੰ ਇਸ ਘਨੌਣੇ ਧੰਦੇ 'ਚ ਲਾਇਆ। ਆਪਣਾ ਕੌਣ? ਤੂੰ ਨਾਂ ਤਾਂ ਲੈ, ਮੈਂ ਤੇਰੇ ਨਾਲ ਪੂਰਾ ਇਨਸਾਫ਼ ਕਰੂੰਗਾ, ਚਾਹੇ ਕੋਈ ਵੀ ਹੋਵੇ। ਸਰਪੰਚ ਸਾਹਿਬ, ਸੋਡਾ ਆਪਣਾ ਭਰਾ। ਮੇਰਾ ਭਰਾ ਬੁੱਧੂ? ਹਾਂ ਸਰਪੰਚ ਸਾਹਿਬ। ਉਹਨੇ ਇਹ ਕੰਮ ਕੀਤਾ? ਹਾਂ ਸਰਪੰਚ ਸਾਹਿਬ, ਹਾਂ। ਬਹੁਤ ਘਟੀਆ ਇਨਸਾਨ ਹੈ, ਉਸਨੇ ਮੈਨੂੰ ਇਸ ਗਲਤ ਧੰਦੇ 'ਚ ਪਾਇਆ। ਕੀ ਕਰਾਂ ਸਰਪੰਚ ਸਾਹਿਬ, ਮੈਂ ਵੀ ਮਜਬੂਰ ਸੀ, ਕੁਛ ਨਹੀਂ ਕਰ ਸਕਦੀ ਸੀ। ਮੈਂ ਕਦੇ ਸੋਚਿਆ ਵੀ ਨਹੀਂ ਵੀ ਬੁੱਧੂ ਇੰਨਾ ਘਟੀਆ ਕਿਸਮ ਦਾ ਬੰਦਾ ਨਿਕਲੂਗਾ। ਚੱਲ ਕੋਈ ਨਾ, ਤੂੰ ਇਹ ਨਾ ਮੰਨੀ ਕਿ ਸਰਪੰਚ ਆਪਦੇ ਭਾਈ ਦਾ ਪੱਖ ਪੂਰੂਗਾ, ਮੈਂ ਤੈਨੂੰ ਇਨਸਾਫ਼ ਦਿਵਾ ਕੇ ਰਹੂੰਗਾ, ਚਾਹੇ ਕੁਛ ਵੀ ਹੋ ਜਾਵੇ, ਮੈਨੂੰ ਠਾਣੇ ਕਚਹਿਰੀਆਂ 'ਚ ਜਾਣਾ ਪੈ ਜੇ। ਠੀਕ ਹੈ ਸਰਪੰਚ ਸਾਹਿਬ, ਤੁਸੀਂ ਕਹਿੰਦੇ ਹੋ ਨਾ ਵੀ ਇਹ ਘਰ ਖਾਲੀ ਕਰ ਦਈਏ, ਤਾਂ ਕੋਈ ਗੱਲ ਨਹੀਂ ਸਰਪੰਚ ਸਾਹਿਬ, ਅਸੀਂ ਕੱਲ੍ਹ ਨੂੰ ਇਹ ਘਰ ਖਾਲੀ ਕਰਕੇ ਚਲੇ ਜਾਵਾਂਗੇ। ਚੱਲ ਕੋਈ ਨਾ, ਮੈਂ ਪਹਿਲਾਂ ਉਹਦੇ ਨਾਲ ਗੱਲ ਕਰਦਾ। ਐਡਾ ਘਟੀਆ ਬੰਦਾ ਨਿਕਲਿਆ। ਇਹ ਪਤਾ ਨਹੀਂ ਕਿੱਧਰ ਫਿਰਦਾ। ਰੁਕੀ ਸੁੱਖੀ ਸੁੱਕੀ,
ਕਿੱਧਰ ਜਾ ਆਇਆ? ਕਿਉਂ ਬੱਦੂ? ਵਧੀਆ ਵਧੀਆ, ਤੂੰ ਦੱਸ ਕਿੱਧਰ ਮਾਰਿਆ ਗੇੜਾ? ਓਏ ਜਾਣਾ ਕਿੱਧਰ ਆ? ਉਹ ਕਾਲੇ ਦੀ ਘਰ ਵਾਲੀ ਕੋਲੇ ਜਾ ਕੇ ਆਇਆਗਾ। ਕਾਲੇ ਦੀ ਘਰ ਵਾਲੀ ਕੋਲੇ? ਹੁਣ ਇੰਨੀ ਛੇਤੀ ਭੁੱਲ ਵੀ ਗਿਆ ਤੂੰ ਯਾਰ? ਬਹੁਤ ਮਾੜੀ ਕੀਤੀ ਉਹਦੇ ਨਾਲ, ਮੈਂ ਕਦੇ ਸੋਚਿਆ ਨਹੀਂ ਸੀ ਵੀ ਮੇਰਾ ਭਾਈ ਇੰਨਾ ਕਮੀਣਾ ਨਿਕਲੂਗਾ। ਯਾਰ ਬਹੁਤ ਕਮੀਣਾ ਬੰਦਾ ਨਿਕਲਿਆ ਤੂੰ। ਤੇਰਾ ਮਤਲਬ ਕੀ ਕਹਿਣ ਦਾ? ਮੈਂ ਨਹੀਂ ਸਮਝਿਆ ਗੁੱਸਾ। ਸਮਝਿਆ ਨਹੀਂ ਤਾਂ ਸਮਝਾ ਦਿੰਦਾ, ਉਹਨੇ ਮੈਨੂੰ ਆਪਦੀ ਸਾਰੀ ਕਹਾਣੀ ਦੱਸਤੀ। ਜਦੋਂ ਤੁਹਾਡੇ ਘਰੇ ਉਹ ਝਾੜੂ ਪੋਚਾ ਕਰਦੀ ਸੀ, ਬਈ ਕੀ ਕੀ ਜ਼ਬਰਦਸਤੀ ਕੀਤੀ ਤੂੰ। ਨਾਲੇ ਉਹ ਕੁੱਤੇ ਬੰਦੇ ਕਿਹੜੇ ਸੀ ਤੇਰੇ ਨਾਲ, ਜਿਹੜੇ ਤੇਰੇ ਨਾਲ ਸੀ ਜਦੋਂ ਤੂੰ ਉਹਦੇ ਨਾਲ ਜ਼ਬਰਦਸਤੀ ਕਰਕੇ ਉਹਦੀ ਇੱਜ਼ਤ ਲੁੱਟੀ ਆ? ਉਹਦਾ ਬਾਈ ਰਾਜੂ ਦੇ ਬਲਕਾਰ ਤੀ ਮੇਰੇ ਨਾਲ। ਉਹਨਾਂ ਨੂੰ ਵੀ ਕੁੱਤੇ ਬੰਦਿਆਂ ਨੂੰ ਸ਼ਰਮ ਨਹੀਂ, ਤੂੰ ਤਾਂ ਜਿਹਾ ਵੀ ਸ਼ਰਮ ਹੈਗਾ ਸੀ ਹੈਗਾ ਸੀ। ਹੁਣ ਯਾਰ ਕੀ ਕਹਾਂ ਤੈਨੂੰ, ਕੀ ਸਜ਼ਾ ਦਵਾਵਾਂ? ਹੁਣ ਤੈਨੂੰ ਮੈਂ ਥਾਣੇ ਵਾਲਿਆਂ ਨੂੰ ਦੇਵਾਂ, ਤੇਰੇ 'ਤੇ ਕੋਰਟ 'ਚ ਕੇਸ ਕਰਾਂ। ਮੇਰਾ ਭਾਈ ਆ ਫਿਰ ਵੀ, ਚੱਲ ਕੋਈ ਨਾ ਪੰਚਾਇਤ 'ਚ ਗੱਲ ਕਰਾਂਗੇ, ਜੋ ਫੈਸਲਾ ਦੇਣਗੇ ਫਿਰ ਸਜ਼ਾ ਤਾਂ ਭੁਗਤਣੀ ਪਊਗੀ। ਬਹੁਤ ਮਾੜੀ ਕੀਤੀ ਵਿਚਾਰੀ ਨਾ। ਨਾ ਬਾਈ ਗਲਤੀ ਹੋ ਗਈ ਯਾਰ, ਮਾਫ਼ ਕਰ ਦੇ। ਪਹਿਲੀ ਰੱਬ ਦੀ ਮਾਰੀ ਪਈ ਸੀ ਘਰ ਆਏ ਦਾ, ਉਹਦਾ ਐਕਸੀਡੈਂਟ ਹੋ ਗਿਆ ਸੀ, ਲੱਤਾਂ ਵੱਢੀਆਂ ਗਈਆਂ ਸੀ, ਉੱਤੋਂ ਤੁਸੀਂ ਉਹਨੂੰ ਇਹ ਕੰਮ ਕਰਤਾ, ਇਹ ਤਰਸ ਨਹੀਂ ਆਇਆ ਯਾਰ ਸਾਨੂੰ? ਸਾਨੂੰ ਨਹੀਂ ਬੱਦਾ ਦੀ ਬਾਈ ਵੀ ਇਹ ਨਾ ਪਤਾ ਜੂਗੀ, ਰੱਬ ਦੇਖਦਾ ਬਾਈ। ਅਸੀਂ ਆਪਦੀ ਹੋਸ਼ ਗਵਾ ਬੈਠੇ ਸੀ ਉਸ ਸਮੇਂ, ਬਸ ਤੁਹਾਡੇ ਗੁਨਾਹਾਂ ਦੀ ਸਜ਼ਾ ਸਾਨੂੰ ਰੱਬ ਹੀ ਦੇਊ। ਸਰਪੰਚਾ ਜਾਂ ਉਹ ਕੁੜੀ ਗਲਤ ਨਹੀਂ ਹੈਗੀ, ਹੈ ਨਾ? ਉਹਨੂੰ ਧੱਕੇ ਨਾਲ ਗਲਤ ਕੰਮ 'ਚ ਪਾਇਆ ਗਿਆ। ਹੁਣ ਜੇ ਉਹਨੂੰ ਤੂੰ ਲੋਕਾਂ ਦੇ ਪਿੱਛੇ ਲੱਗ ਕੇ ਪਿੰਡ 'ਚੋਂ ਕੱਢਤਾ, ਤੇਰੇ ਵਾਸਤੇ ਵੀ ਬਹੁਤ ਜ਼ਿਆਦਾ ਗਲਤ ਕੰਮ ਆਗਾ। ਹੁਣ ਤੂੰ ਆਪਦੇ ਭਾਈ ਨੂੰ ਕੋਈ ਸਜ਼ਾ ਨਹੀਂ ਸੁਣਾਈ, ਅਤੇ ਉਹ ਕੁੜੀ ਨੂੰ ਵੀ ਸਜ਼ਾ ਸੁਣਾਉਣ ਦਾ ਤੇਰਾ ਕੋਈ ਹੱਕ ਨਹੀਂ। ਹਜੇ ਵੀ ਸਰਪੰਚਾ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਉਹਦੇ ਘਰ ਜਾ ਅਤੇ ਉਹਨੂੰ ਮਾਫ਼ ਕਰ ਦੇ। ਕਿਤੇ ਉਹ ਘਰ ਛੱਡ ਕੇ ਚਲੀ ਜਾਵੇ ਅਤੇ ਮੇਰੇ ਪੱਲੇ ਫਿਰ ਪਛਤਾਵੇ ਤੋਂ ਇਲਾਵਾ ਕੱਖ ਨਾ ਰਹੇ। ਇਹ ਨਾ ਹੋ ਜਾਏ ਕਿਤੇ, ਸਾਰੀ ਉਮਰ ਤੈਨੂੰ ਪਛਤਾਵਾ ਰਹੂਗਾ, ਕੰਧਾਂ 'ਚ ਸਿਰ ਮਾਰ ਮਾਰ ਕੇ ਰੋਇਆ ਕਰੇਗਾ ਵੀ ਉਹ ਕੁੜੀ ਦੀ ਤੂੰ ਮਦਦ ਨਹੀਂ ਕਰ ਸਕਿਆ, ਉਹਨੂੰ ਇਨਸਾਫ ਨਹੀਂ ਦਵਾਇਆ। ਜਾਣਾ ਚਾਹੀਦਾ ਉਹਨੂੰ ਮੈਨੂੰ ਘਰੇ, ਕਿਤੇ ਦੇਰ ਨਾ ਹੋ ਜਾਏ, ਹੈ ਨਾ? ਹੁਣੀ ਚੱਲਦਾਂਗਾ, ਚਾਹੇ ਪਿੰਡ ਵਾਲੇ ਕੁਛ ਵੀ ਕਹਿਣ, ਪਰ ਮੈਂ ਉਹਦੇ ਨਾਲ ਇਨਸਾਫ ਕਰਨਾ ਹੀ ਕਰਨਾ। ਹੁਣੀ ਜਾਂਦਾ। ਹੋਰ ਭਾਈ? ਬਸ ਸਰਪੰਚ ਸਾਹਿਬ, ਅਸੀਂ ਜਾ ਹੀ ਰਹੇ ਹਾਂ। ਤੁਸੀਂ ਸਾਨੂੰ 2 ਦਿਨਾਂ ਦਾ ਟਾਈਮ ਦਿੱਤਾ ਸੀ ਨਾ, ਅਸੀਂ ਅੱਗੇ ਆਪਦਾ ਘਰ ਦਾ ਪ੍ਰਬੰਧ ਕਰ ਲਿਆ, ਅਤੇ ਬਸ ਕੈਂਟਰ ਆਉਂਦਾ, ਅਸੀਂ ਸਮਾਨ ਸਾਰਾ ਲੱਦ ਲੈਂਦੇ ਹਾਂ, ਅਤੇ ਨਾਲੇ ਮੇਰੇ ਘਰ ਵਾਲੇ ਨੂੰ ਵਿੱਚ ਲੈ ਕੇ ਜਾਵਾਂਗੇ। ਕੋਈ ਨਾ ਭਾਈ, ਹੁਣ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ, ਬਹਿ ਜਾ, ਮੈਂ ਤੇਰੇ ਨਾਲ ਗੱਲ ਕਰਨੀ ਆ। ਹਾਂਜੀ ਸਰਪੰਚ ਸਾਹਿਬ। ਦੇਖ ਭਾਈ, ਮੈਂ ਗੁੱਸੇ 'ਚ ਆ ਕੇ ਸਾਰੀਆਂ ਗੱਲਾਂ ਕਹਿਤੀਆਂ ਸੀ ਪਿੰਡ ਵਾਲਿਆਂ ਦੇ ਮਗਰ ਲੱਗ ਕੇ, ਪਰ ਉਹ ਤਾਂ ਮੈਂ ਤੇਰੀ ਇਹ ਸਾਰੀ ਕਹਾਣੀ ਸੁਣੀ ਸੀ ਨਾ, ਜਿਹੜੀ ਤੂੰ ਮੈਨੂੰ ਸੁਣਾਈ ਸੀ ਕਿ ਬੁੱਧੂ ਨੇ ਤੇਰੇ ਨਾਲ ਸਾਰਾ ਕੁਛ ਕਰਾਇਆ, ਜ਼ਬਰਦਸਤੀ ਤੈਨੂੰ ਇਹ ਕੰਮ ਦੇ ਵਿੱਚ ਪਾਇਆ। ਹਾਂਜੀ। ਹੁਣ ਇਹ 'ਚ ਤੇਰਾ ਤਾਂ ਕੋਈ ਕਸੂਰ ਨਹੀਂ, ਤੂੰ ਕਿਹੜਾ ਇਹ ਕੰਮ ਆਪਦੀ ਮਰਜ਼ੀ ਨਾਲ ਜਾਂ ਸ਼ੌਂਕ ਨਾਲ ਕਰਨ ਲੱਗੀ ਹੈ, ਤੈਨੂੰ ਧੱਕੇ ਨਾਲ ਬਲੈਕਮੇਲ ਕਰਕੇ ਇਹ ਕੰਮ ਵਿੱਚ ਧੱਕੇ ਨਾਲ ਪਾਇਆ ਗਿਆ, ਹੈ ਨਾ? ਹਾਂਜੀ, ਮੈਂ ਵੀ ਸਰਪੰਚ ਸਾਹਿਬ ਮਜਬੂਰ ਸੀ, ਫਿਰ ਕੀ ਕਰਦੀ, ਤੁਹਾਨੂੰ ਪਤਾ ਆ ਹੋਰ ਕੰਮ ਕਰਦੇ ਹਾਂ ਆਪਾਂ, ਉਹਦੇ 'ਚ ਇੰਨਾ ਪੈਸਾ ਨਹੀਂ ਬਣਦਾ, ਮੇਰੇ ਘਰ ਦੇ ਅਤੇ ਦਵਾਈਆਂ ਦਾ ਖਰਚਾ ਬਹੁਤ ਆਉਂਦਾ ਸੀ ਘਰ ਵਾਲੇ 'ਤੇ, ਫਿਰ ਇੰਨਾ ਪੈਸਾ ਤੁਹਾਨੂੰ ਪਤਾ ਹੀ ਹੈ। ਪਰ ਤੂੰ ਇਹ ਵੀ ਸਾਰੇ ਪਿੰਡਾਂ ਤੋਂ ਸੁਣਿਆ ਹੋਣਾ ਨਾ ਕਿ ਮੈਂ ਇੱਕ ਕੰਮ ਕਰਨ ਵਾਲਾ ਅਤੇ ਵਫ਼ਾਦਾਰ ਸਰਪੰਚ ਹਾਂ। ਤੂੰ ਮੈਨੂੰ ਕਿਹਾ ਸੀ ਨਾ ਸਰਪੰਚ ਸਾਹਿਬ, ਜੇ ਮੈਂ ਨਾਂ ਧਰਤਾ ਕਿ ਉਹ ਤੁਹਾਡਾ ਭਰਾ, ਤਾਂ ਤੁਸੀਂ ਮੈਨੂੰ ਇਨਸਾਫ਼ ਨਹੀਂ ਦਿਵਾਉਣਾ। ਮੈਂ ਤੇਰੇ ਨਾਲ ਵਾਅਦਾ ਕਰਕੇ ਗਿਆ ਸੀ ਨਾ ਮੈਂ ਤੈਨੂੰ ਇਨਸਾਫ਼ ਦਵਾਊਂਗਾ। ਹੁਣ ਮੈਂ ਸਿੱਧਾ ਕੋਰਟ 'ਚੋਂ ਤੇਰੇ ਘਰ ਆਏਗਾ, ਕੱਲ੍ਹ ਮੈਂ ਕੋਰਟ ਜਾ ਕੇ ਆਏਗਾ,
ਠੀਕ ਹੈ ਜੀ। ਤੇ ਮੇਰੇ ਭਰਾ ਦੇ ਵਿਰੁੱਧ ਕੇਸ ਕੀਤਾ ਉੱਥੇ ਥਾਣੇ ਵਾਲ ਨੂੰ, ਮੈਂ ਇਨਫੋਰਮ ਕਰਕੇ ਆਏਗਾ, ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੂਗੀ। ਬਾਕੀ ਰਹਿ ਗਈ ਤੇਰੀ ਗੱਲ, ਤੈਨੂੰ ਕੋਈ ਕੇਸ ਲੜਨ ਦੀ ਲੋੜ ਨਹੀਂ, ਤੂੰ ਸਿਰਫ ਅਗਵਾਹੀ ਭਰਦੀ ਕੇਸ ਮੈਂ ਕੀਤਾ ਗਾ, ਬਾਕੀ ਪੰਚਾਇਤ ਵੱਲੋਂ ਤੇਰੇ ਘਰ ਆਏ ਦਾ ਸਾਰਾ ਅਸੀਂ ਇਲਾਜ ਕਰਾਵਾਂਗੇ। ਠੀਕ ਹੈ ਸਰਪੰਚ ਸਾਹਿਬ। ਤੇਰੀਆਂ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਦੀ ਸਾਰੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂਗੇ, ਹੋਰ ਵੀ ਜੋ ਹੋ ਸਕੀ ਤੇਰੀ ਅਸੀਂ ਮਦਦ ਕਰਾਂਗੇ, ਤੈਨੂੰ ਪਿੰਡ 'ਚੋਂ ਕਿਤੇ ਵੀ ਜਾਣ ਦੀ ਲੋੜ ਨਹੀਂ, ਇਹ ਤੇਰੇ ਨਾਲ ਸਰਪੰਚ ਦਾ ਵਾਅਦਾ ਰਿਹਾ। ਠੀਕ ਹੈ ਸਰਪੰਚ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਬਾਰੇ ਇੰਨਾ ਸੋਚਿਆ। ਅਤੇ ਬਾਕੀ ਰਹੀ ਗੱਲ ਗਵਾਹੀ ਦੀ, ਅਤੇ ਗਵਾਹੀ ਦੇਣ ਨੂੰ ਮੈਂ ਬਿਲਕੁਲ ਤਿਆਰ ਹਾਂ। ਬਸ ਕੋਈ ਚੱਕਰ ਨਹੀਂ, ਮੈਂ ਆਪਦਾ ਫਰਜ਼ ਨਿਭਾਤਾ, ਐਂ ਆ ਕੱਲ੍ਹ ਨੂੰ ਮੈਂ ਤੇਰੇ ਨਾਲ ਇਨਸਾਫ ਨਾ ਨਾ ਕਰਦਾ, ਲੋਕਾਂ ਨੇ ਮੈਨੂੰ ਐਂ ਕਹਿਣਾ ਸੀ ਕਿ ਆਪਦੇ ਭਰਾ ਦਾ ਸੋਚ ਗਿਆ, ਉਹ ਗਰੀਬ ਔਰਤ ਨਾਲ ਉਹ ਬੰਦੇ ਨੇ ਇਨਸਾਫ ਨਹੀਂ ਕੀਤਾ। ਹਾਂਜੀ, ਨਾਲੇ ਸਰਪੰਚ ਸਾਹਿਬ, ਹਰ ਇੱਕ ਔਰਤ ਦੀ ਨਾ ਕੋਈ ਮਜਬੂਰੀ ਹੁੰਦੀ ਆ, ਲੋਕ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਇੱਕ ਔਰਤ ਮਜਬੂਰ ਹੁੰਦੀ ਹੈ ਸਭ ਕੁਛ ਕਰਨ ਲਈ। ਅਸਲ ਸਰਪੰਚ ਵੀ ਉਹੀ ਆ ਜਿਹੜਾ ਸਭ ਦਾ ਭਲਾ ਵੀ ਕਰੇ, ਹੈ ਨਾ, ਅਤੇ ਕਿਸੇ ਨਾਲ ਇਨਸਾਫ ਕਰਨ ਤੋਂ ਪਹਿਲਾਂ ਜਾਂ ਕੋਈ ਗਲਤ ਕੰਮ ਕਰਦਾ ਬੰਦਾ ਉਹਦੀ ਮਜਬੂਰੀ ਵੀ ਸਮਝੇ, ਹੈ ਨਾ, ਇਹ ਕੰਮ ਕਿਉਂ ਕਰ ਰਿਹਾ ਜਾਂ ਇਹਨੂੰ ਕਿਵੇਂ ਪਾਇਆ ਗਿਆ, ਐਂ ਨਹੀਂ ਵੀ ਸਿੱਧਾ ਜਾਂ ਆਪਦਿਆਂ ਦਾ ਹੀ ਭਲਾ ਕਰੇ, ਹੈ ਨਾ, ਸਭ ਨੂੰ ਇੱਕ ਬਰਾਬਰ ਸਮਝੇ। ਠੀਕ ਹੈ ਸਰਪੰਚ ਸਾਹਿਬ। ਚਲੋ ਠੀਕ ਆ, ਜੇ ਮੈਥੋਂ ਕੋਈ ਗਲਤੀ ਹੋਈ ਹੋਵੇ ਨਾ ਮੈਨੂੰ ਮਾਫ ਕਰਿਓ, ਮੈਂ ਬਹੁਤ ਬੁਰਾ ਭਲਾ ਬੋਲਿਆ ਤੁਹਾਨੂੰ, ਹੈ ਨਾ। ਕੋਈ ਗੱਲ ਨਹੀਂ ਜੀ, ਪਿੰਡ ਵਾਲਿਆਂ ਦੀ ਚੱਕ ਚ ਤੁਸੀਂ ਮੇਰੇ ਵਾਸਤੇ ਇੰਨਾ ਕੀਤਾ, ਤੇ ਮੈਨੂੰ ਇਨਸਾਫ ਦੀ ਜ਼ਰੂਰਤ ਹੈ, ਬਸ ਮੈਨੂੰ ਇਨਸਾਫ ਮਿਲ ਜੇ ਇੱਕ ਵਾਰ। ਕੋਈ ਨਾ ਜੀ, ਤੁਹਾਨੂੰ ਇਨਸਾਫ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਚਲੋ ਮੈਂ ਚੱਲਦਾ, ਤੁਸੀਂ ਆਪਦੇ ਘਰੇ ਹੱਸੋ ਬੱਸੋ, ਹੈ ਨਾ, ਖੁਸ਼ੀ ਖੁਸ਼ੀ ਜੀਵਨ ਬਤੀਤ ਕਰੋ, ਤੁਹਾਨੂੰ ਕੋਈ ਵੀ ਤੁਹਾਡੀ ਹਵਾ ਕ ਨਹੀਂ ਝਾਕ ਸਕਦਾ, ਇਹ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ। ਠੀਕ ਆ, ਠੀਕ ਹੈ ਜੀ। ਚਲੋ ਠੀਕ ਹੈ, ਮੈਂ ਚੱਲਦਾ, ਠੀਕ ਹੈ, ਗਲਤੀ ਹੋਈ ਕੋਈ ਮਾਫ਼ ਕਰਿਓ। ਕੋਈ ਗੱਲ ਨਹੀਂ। ਉਸ ਦਿਨ ਤੋਂ ਬਾਅਦ ਸਰਪੰਚ ਆਪਣੇ ਭਰਾ ਬੁੱਧੂ ਦੇ ਵਿਰੁੱਧ ਕੋਰਟ ਵਿੱਚ ਪੂਰੀ ਤਨਦੇਹੀ ਨਾਲ ਕੇਸ ਲੜਦਾ ਹੈ ਅਤੇ ਆਪਣੇ ਭਰਾ ਅਤੇ ਉਸ ਦੇ ਦੋ ਸਾਥੀਆਂ ਨੂੰ ਹੋਰ ਧਾਰਾ 376 ਦੇ ਤਹਿਤ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਵਾਉਂਦਾ ਹੈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਾਲੇ ਦੀਆਂ ਅੱਖਾਂ ਦਾ ਇਲਾਜ ਕਰਾ ਦਿੰਦਾ ਹੈ ਅਤੇ ਉਸ ਦੀ ਨਜ਼ਰ ਵਾਪਸ ਆ ਜਾਂਦੀ ਹੈ ਅਤੇ ਸਰਪੰਚ ਅਤੇ ਉਸ ਦਾ ਪੂਰਾ ਪਿੰਡ ਉਸ ਦੀਆਂ ਕੁੜੀਆਂ ਦੀ ਪੜ੍ਹਾਈ ਲਿਖਾਈ ਦਾ ਜ਼ਿੰਮਾ ਵੀ ਚੁੱਕ ਲੈਂਦਾ ਹੈ। ਇਸ ਤਰ੍ਹਾਂ ਸਰਪੰਚ ਇੱਕ ਚੰਗਾ ਅਤੇ ਨਿਰਪੱਖ ਸਰਪੰਚ ਹੋਣ ਦਾ ਫਰਜ਼ ਅਦਾ ਕਰਦਾ ਹੈ।